ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ ਪੰਜਾਬ ਦੀ ਮੁੱਖ ਧਾਰਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਅਤੀਤ ਵੱਲ ਝਾਕਦੀ ਹੈ ਕਦੇ ਫਿਊਚਰ ਨੂੰ ਦੇਖਦੀ ਹੈ ਔਰ ਹਾਲਾਤ ਇਹ ਆ ਕਿ ਇਹਦੇ ਬਹੁਤੇ ਵੱਡੇ ਲੀਡਰ ਛੁਪੀ ਗੱਲ ਔਰ ਅੰਦਰਲੀ ਗੱਲ ਜਿਹੜੀ ਆ ਉਹ ਮੂੰਹ 'ਤੇ ਲੈ ਆਉਂਦੇ ਆ ਕਿ ਹੁਣ ਸਾਡੀ ਬਹੁਤੀ ਗੱਲ ਬਣਦੀ ਨਹੀਂ ਸਾਡਾ ਕਦੇ ਭਾਈਵਾਲ ਛੋਟੇ ਥਾਂ ਰਿਹਾ ਬੀਜੇਪੀ ਅੱਜ ਸਾਨੂੰ ਅੱਖਾਂ ਵਿਖਾਉਂਦਾ ਹੈ ਅੱਜ ਜਿਨ੍ਹਾਂ ਦੀ ਅਸੀਂ ਸਦਾ ਮਦਦ ਕੀਤੀ ਉਹ ਵਾਜਪੇਈ ਦਾ ਗਣਾਉਂਦੇ ਆ ਸਮਾਂ ਕਿ ਜਦੋਂ ਸਿਰਫ ਇੱਕੋ ਅਕਾਲੀ ਦਲ ਹੀ ਨਾਲ ਖੜਿਆ ਰਹਿ ਗਿਆ ਸੀ ਹੋਰ ਕੋਈ ਨਹੀਂ ਸੀ ਮੇਰੇ ਖਿਆਲ ਉਹ 10 ਦਿਨ ਦੀ ਸਰਕਾਰ ਸੀ ਜਾਂ 1 ਦਿਨ ਦੀ ਸਰਕਾਰ ਸੀ 13 ਦਿਨ ਦੀ ਸਰਕਾਰ ਸੀ ਤੁਹਾਨੂੰ ਯਾਦ ਹੋਣਾ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਉਹ ਜਿਹੜੇ ਨਿਆਣੇ ਨੂੰ ਉਂਗਲ ਫੜਾਈ ਸੀ ਹਾਂ ਉਹ ਉਂਗਲ ਹੀ ਉਂਗਲ ਦੇ ਵਿੱਚ ਪਈ ਮੁੰਦਰੀ ਖਿੱਚ ਕੇ ਲੈ ਗਿਆ ਵੇਖ ਲਓ ਹਾਲਾਤ ਕਿੱਧਰ ਦੇ ਕਿੱਧਰ ਹੋ ਜਾਂਦੇ ਹੈ ਵੀ ਇੱਕ ਜਿਹਨੂੰ ਪਾਲਿਆ ਜੀ ਬਕਾਇਦਾ ਹਾਂ ਹੈ ਬਿਲਕੁਲ ਤੇ ਅੱਜ ਉਹ ਪੁੱਠੀਆਂ ਖੜ ਕੱਢ ਕੇ ਦਿਖਾਉਂਦਾ ਵੀ ਕੀ ਕੋਈ ਸਾਨ ਕੀਤਾ ਹੀ ਕੇਂਦਰ ਦੇ ਵਿੱਚ ਕਿਉਂਕਿ ਹੁਣ ਮੈਂ ਜਵਾਨ ਹੋ ਗਿਆ ਹੈ ਜੀ 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 ਤੈਨੂੰ ਬੁਢਾਪਾ ਆ ਗਿਆ ਜੀ ਹੁਣ ਮੈਨੂੰ ਤੇਰੀ ਲੋੜ ਨਹੀਂ ਰਹੀ ਇਹ 'ਚ ਕੋਈ ਦੋਰਾਵਾਂ ਨਹੀਂ ਕੇਂਦਰ ਦੀਆਂ ਦੋ ਰਵਾਇਤੀ ਵਿਰੋਧੀ ਪਾਰਟੀਆਂ ਕਦੇ ਜਨਤਾ ਦਲ ਹੁੰਦਾ ਸੀ ਲੇਕਿਨ ਹੌਲੀ ਹੌਲੀ ਅਡਵਾਨੀ ਤੇ ਵਾਜਪੇਈ ਰਲ ਕੇ ਬੀਜੇਪੀ ਨੂੰ ਉਭਾਰਦੇ ਆ ਬਿਲਕੁਲ ਤੇ ਉਸ ਵਾਜਪੇਈ ਦਾ ਜਿਹੜਾ ਉਦਾਰ ਚਿਹਰਾ ਸੀ ਉਹਨੂੰ ਅਕਾਲੀ ਦਲ ਅਪਣਾ ਲੈਂਦਾ ਬਿਲਕੁਲ ਤੇ ਅਕਾਲੀ ਦਲ ਵਾਜਪੇਈ ਦੀ ਸਪੋਰਟ ਕਰਦਾ ਕਰਦਾ ਪਤਾ ਨਹੀਂ ਕਦੋਂ ਬੀਜੇਪੀ ਆਰਐਸਐਸ ਦੀ ਮਦਦ ਕਰਨ ਲੱਗ ਪੈਂਦਾ ਇਹ ਇੱਕ ਤਰ੍ਹਾਂ ਨਾਲ ਇੱਕ ਦੂਜੇ 'ਚ ਮਰਜ ਹੋ ਜਾਂਦੇ ਜਜ਼ਬ ਹੋ ਜਾਂਦੇ ਲੇਕਿਨ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ ਸਦਾ ਸਖਾਵੇਂ ਨਹੀਂ ਹੁੰਦੇ ਜੀ ਉਤਰਾਅ ਚੜ੍ਹਾਅ ਆਉਂਦੇ ਬਿਲਕੁਲ ਘਰਾਂ 'ਚ ਵੀ ਆ ਰਿਸ਼ਤਿਆਂ 'ਚ ਵੀ ਆ ਲੇਕਿਨ ਜਦੋਂ ਅਕਾਲੀ ਦਲ ਹਰ ਮੁਸ਼ਕਲ ਵੇਲੇ ਭਾਰਤੀ ਜਨਤਾ ਪਾਰਟੀ ਦਾ ਕੇਂਦਰ 'ਚ ਸਾਥ ਦਿੰਦਾ ਹੈ ਤੇ ਅੱਜ ਉਹ ਥੋੜੇ ਜਿਹੇ ਤਗੜੇ ਹੋ ਗਏ ਆ ਤੇ ਹੁਣ ਇਹਨਾਂ ਨੂੰ ਕਹਿੰਦੇ ਆ ਵੀ ਨਹੀਂ ਹੁਣ ਅਸੀਂ ਤਗੜੇ ਆ ਜਿੱਦਾਂ ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਹੋਇਆ ਇਹਨਾਂ ਨੂੰ ਆਪਣੀ ਹੋਣੀ ਉਂਝਦੀ ਨਜ਼ਰ ਆਉਂਦੀ ਆ ਕਿ ਬੀਜੇਪੀ ਪੰਜਾਬ 'ਚ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਆ ਕਿਉਂਕਿ ਜਿਹੜੇ ਪ੍ਰਦੇਸ਼ ਦੇ ਲੀਡਰ ਹੈ ਜੇਕਰ ਉਹਨਾਂ ਨੂੰ ਉੱਪਰੋਂ ਕੋਈ ਸ਼ਾਬਾਸ਼ ਮਿਲਦੀ ਹੈ ਤੇ ਬੋਲਦੇ ਆ ਅਗਲੇ ਰੋਕਦੇ ਨਹੀਂ ਤਾਂ ਉਹ ਬੋਲਦੇ ਆ ਜਾਂ ਕਿਤੇ ਸਾਇਲੈਂਟ ਸਹਿਮਤੀ ਹੈ ਕਿ ਆਪਣਾ ਵਿਸਥਾਰ ਕਰੋ ਜੀ ਸੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਪੰਜਾਬ 'ਚ ਆਪਣੀਆਂ ਸ਼ਾਖਾਵਾਂ ਆਪਣੀਆਂ ਜੜ੍ਹਾਂ ਦਾ ਵਿਸਥਾਰ ਕਰ ਰਹੀ ਹੈ ਉੱਤੋਂ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਆ ਉਹ ਭੈਭੀਤ ਨੇ ਔਰ ਉਹਨਾਂ ਦੀ ਇਸ ਤਰ੍ਹਾਂ ਦੀ ਸੋਚ ਜਿਹੜੀ ਹੈ ਇਹ ਹੋਣੀ ਵੀ ਬਣਦੀ ਆ ਕਿਉਂਕਿ ਇੱਕ ਬੰਨੇ ਤਾਂ ਸੁਖਬੀਰ ਸਿੰਘ ਬਾਦਲ ਇੱਕ ਅਸਿੱਧੇ ਰੂਪ 'ਚ ਕਹਿੰਦੇ ਆ ਕਿ ਮੈਂ ਉੱਪਰ ਮਿਲਣਾ ਅੱਜ ਚਰਚਾ ਵੀ ਸੀ ਕਿ ਸ਼ਾਇਦ ਉਹ ਨੱਡਾ ਨੂੰ ਔਰ ਅਮਿਤ ਸ਼ਾਹ ਨੂੰ ਮਿਲਣਗੇ ਲੇਕਿਨ ਦੂਜੇ ਬੰਨੇ ਇਸ ਤਰ੍ਹਾਂ ਦੀ ਘੁਰਕੀ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਹਰ ਦਿਨ ਨਵੀਂ ਸ਼ੁਰਲੀ ਛੱਡਦੇ ਹੁਣ ਹਾਲਾਤ ਇਹ ਬਣ ਗਏ ਆ ਕਹਿੰਦੇ ਆ ਵੀ ਸਾਨੂੰ ਹਰਿਆਣੇ 'ਚ ਪੁੱਛਿਆ ਹੀ ਨਹੀਂ 90 ਦੀਆਂ 90 ਸੀਟਾਂ 'ਤੇ ਚੋਣ ਲੜਨ ਦਾ ਬੀਜੇਪੀ ਨੇ ਐਲਾਨ ਕਰਤਾ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬ 'ਚ ਕਹੀਏ ਸਾਡੇ ਵੀ ਸਿੱਖ ਰਹਿੰਦੇ ਉਹਦਾ ਕਾਰਨ ਆ ਜੀ ਜੀ ਕਿ ਬੀਜੇਪੀ ਜਿਹੜੀ ਅੱਜ ਭਾਜਪਾ ਆ ਜੀ ਇਹ 1977 ਦੇ ਵਿੱਚ ਜਨਸੰਘ ਸੀ ਬਿਲਕੁਲ ਜਨਸੰਘ ਸੀ ਉਹ ਵਕਤ ਸੀ ਜਦੋਂ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਦੁਬਾਰਾ ਚੋਣ ਲੜਦੀ ਹੈ ਬਿਲਕੁਲ ਚੋਣ ਲੜਦੀ ਹੈ ਔਰ ਉਸ ਵੇਲੇ ਹਾਲਾਂਕਿ ਸਫਾਇਆ ਹੋ ਜਾਂਦਾ ਬਿਲਕੁਲ ਕਾਂਗਰਸ ਦਾ ਪੂਰੇ ਜੀ ਦੇਸ਼ ਦੇ ਅੰਦਰੋਂ ਲੇਕਿਨ ਅਕਾਲੀ ਦਲ ਦੀ ਕੀ ਮਜਬੂਰੀ ਹੋਏਗੀ ਜੀ ਕਿ ਉਸ ਨੇ ਇਸ ਇੱਕ ਛੋਟੀ ਜਿਹੀ ਪਾਰਟੀ ਜੀ ਜਿਹਨੂੰ ਕਹੋ ਵੀ ਮੂੰਹ 'ਚ ਚੁੰਘਣੀ ਦੇ ਕੇ ਅਤੇ ਨਾਲ ਤੋਰਿਆ ਇਹ 'ਚ ਕੋਈ ਦੋਰਾਵਾਂ ਨਹੀਂ ਜਨਸੰਘ ਨੂੰ ਜੀ ਔਰ ਸਾਨੂੰ ਯਾਦ ਆ ਕਿ ਅੰਮ੍ਰਿਤਸਰ ਦੇ ਵਿੱਚ ਬਲਦੇਵ ਪ੍ਰਕਾਸ਼ ਵਰਗੇ ਲੋਕ ਜਿਹੜੇ ਸਨ ਜੀ ਉਹ ਉਸ ਟਾਈਮ 'ਤੇ ਬਕਾਇਦਾ ਬਰਾਬਰ ਦੇ ਬੈਠਦੇ ਸਨ ਇਹਨਾਂ ਦੇ ਅੱਛਾ ਬਰਾਬਰ 'ਤੇ ਬੈਠਦੇ ਸਨ ਜੀ ਔਰ ਜਦੋਂ 1978 ਦੇ ਵਿੱਚ ਪਹਿਲੀ ਵਾਰ ਨਿਰੰਕਾਰੀ ਕਾਂਡ ਅੰਮ੍ਰਿਤਸਰ 'ਚ ਹੁੰਦਾ ਅਤੇ ਇਹ ਬੀਜੇਪੀ ਜਿਹੜੀ ਹੈ ਉਹ ਸ਼ਰੇਆਮ ਅਕਾਲੀ ਦਲ ਦੇ ਦਾ ਵਿਰੋਧ ਕਰਦੀ ਹੈ ਅੱਛਾ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਨਿਰੰਕਾਰੀ ਕਾਂਡ ਨੂੰ ਸਿੱਖ ਕਤਲੇਆਮ ਨਾਲ ਜੋੜਦੀ ਹੈ ਜੀ ਉਹ ਹਮਾਇਤ ਦੇ ਵਿੱਚ ਖੜੀ ਹੈ ਉਹ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬ ਘਰ 'ਚ ਲਾਉਂਦੀ ਹੈ ਸਭ ਕੁਛ ਕਰਦੀ ਹੈ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਵੀ ਦਿੰਦੀ ਹੈ ਜੀ ਲੇਕਿਨ ਜਨਸੰਘ ਜਿਹੜੀ ਆ ਉਹ ਉਹਦੇ ਖਿਲਾਫ ਹੈ ਅੱਛਾ ਜਿਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਦੀ ਹਮਾਇਤ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਕਰ ਰਿਹਾ ਜਰਨੈਲ ਸਿੰਘ ਕਹਿ ਰਿਹਾ ਕਿ ਮੈਂ ਅੰਮ੍ਰਿਤਸਰ ਦਾ ਨਿਰੰਕਾਰੀ ਭਵਨ ਖੁੱਲ੍ਹਣ ਨਹੀਂ ਦੇਣਾ ਅੱਛਾ ਜਨਸੰਘ ਕਹਿ ਰਹੀ ਹੈ ਅਸੀਂ ਬੰਦ ਨਹੀਂ ਹੋਣ ਦੇਣਾ ਜੀ ਦੋਨੇ ਆਹਮੋ ਸਾਹਮਣੇ ਨੇ ਜੀ ਔਰ ਉਸ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਅੰਦਰ ਵੜ ਕੇ ਮੀਸਣਾ ਹਾਸਾ ਸਜਾ ਰਹੇ ਨੇ ਸਾਇਲੈਂਟ ਚੁੱਪ ਢਿੱਡ 'ਚ ਬਸ
ਵੀ ਤੁਸੀਂ ਲੜੀ ਜਾਓ, ਕੋਈ ਡਰ ਨਹੀਂ, ਆਪਾਂ ਜੋ ਕੋਈ ਕਰਨਾ ਉਹ ਕਰੀ ਜਾ ਰਹੇ। ਹੁਣ ਉਹਦੇ ਤੋਂ ਬਾਅਦ 1978 ਦੇ ਵਿੱਚ ਹੀ ਅਕਾਲੀ ਦਲ ਇੱਕ ਫੈਸਲਾ ਕਰਦਾ, ਪਹਿਲਾਂ 1973 'ਚ ਆਨੰਦਪੁਰ ਸਾਹਿਬ ਕੀਤਾ, ਫਿਰ 78 'ਚ ਥੋੜ੍ਹੀ ਤਬਦੀਲੀ ਦਾ ਫੈਸਲਾ ਕਰਦਾ, ਜਿਹੜਾ ਕਿ ਆਨੰਦਪੁਰ ਸਾਹਿਬ ਦੇ ਮਤੇ ਕਰਕੇ ਜਾਣਿਆ ਜਾਂਦਾ ਜੀ, ਖੁਦ ਮੁਖਤਿਆਰੀ, ਰਾਜਾਂ ਨੂੰ ਵੱਧ ਅਧਿਕਾਰ ਜੀ, ਜੋ ਕੁਝ ਅੱਜ ਕਸ਼ਮੀਰ ਦੇ ਵਿੱਚ ਮੰਗ ਸੀਗੀ ਜੀ, ਕਿ ਡਿਫੈਂਸ ਜਿਹੜਾ ਕੇਂਦਰ ਰੱਖ ਲਵੇ, ਜਿਹੜਾ ਵਿਦੇਸ਼ ਮਹਿਕਮਾ ਉਹ ਕੇਂਦਰ ਰੱਖ ਲਵੇ, ਮਤਲਬ ਇਕਾਨਮੀ ਰੱਖ ਲਵੇ, ਸੱਤਾ ਦਾ ਕਮਿਊਨੀਕੇਸ਼ਨ ਜਿਹੜੀ ਆ ਉਹ ਰੱਖ ਲਵੇ, ਸੱਤਾ ਦਾ ਵਿਕੇਂਦਰੀਕਰਨ, ਸੱਤਾ ਦਾ ਵਿਕੇਂਦਰੀਕਰਨ ਜੀ। ਲੇਕਿਨ ਇਸ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਪਹਿਲਾਂ ਕਦੇ ਜਨਸੰਘ ਨਹੀਂ ਬੋਲਦੇ ਜੀ। ਜਦੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਨੀਂਹ ਪੱਥਰ ਰੱਖਿਆ ਜਾਂਦਾ ਜੀ, ਉਸ ਵੇਲੇ ਉਹਦਾ ਵਿਰੋਧ ਅਕਾਲੀ ਦਲ ਕਰਦਾ, ਨਾ ਕਿ ਭਾਜਪਾ। ਬਿਲਕੁਲ, ਬੀਜੇਪੀ ਉਹਦਾ ਵਿਰੋਧ ਨਹੀਂ ਕਰਦੀ ਜੀ। ਜਦੋਂ ਅਕਾਲੀ ਦਲ ਧਰਮ ਯੁੱਧ ਮੋਰਚਾ ਸ਼ੁਰੂ ਕਰ ਲੈਂਦਾ ਜੀ, ਅਤੇ ਉਹਦੇ ਵਿੱਚ ਮੈਗਨਾ ਕਾਰਟਾ ਬਣਦਾ ਆਨੰਦਪੁਰ ਸਾਹਿਬ ਦਾ ਮਤਾ, ਉਹਦੀਆਂ ਮੰਗਾਂ। ਬਿਲਕੁਲ, ਅਤੇ ਭਾਜਪਾ ਜਿਹੜੀ ਆ ਉਹ ਇਸ ਮਸਲੇ ਦੇ ਉੱਤੇ ਕਾਂਗਰਸ ਦੇ ਨਾਲ ਖੜ ਜਾਂਦੀ ਹੈ ਕਿ ਆਨੰਦਪੁਰ ਸਾਹਿਬ ਦਾ ਮਤਾ ਵੱਖਵਾਦੀ ਮਤਾ ਆ ਜੀ। ਹੁਣ ਵੇਖਣ ਵਾਲਾ ਇਹ ਆ ਜੀ ਵੀ ਜੇ ਉਹ ਵੱਖਵਾਦੀ ਮਤਾ ਆ ਜੀ, ਅਤੇ ਭਾਈਵਾਲ ਪਾਰਟੀ ਜਿਹੜੀ ਉਹ ਕਹਿ ਰਹੀ ਕਿ ਨਹੀਂ ਸਾਨੂੰ ਮਨਜ਼ੂਰ ਨਹੀਂ ਜੀ, ਅਤੇ ਫਿਰ ਅਕਾਲੀ ਦਲ ਕਿਉਂ ਐਸੀ ਪਾਰਟੀ ਦੇ ਨਾਲ ਭਾਈਵਾਲੀ ਪਾਉਂਦਾ? ਇਹਦਾ ਆਨਸਰ ਮੈਂ ਕਰਦਿਆਂ ਜੀ, ਸਦਾ ਪ੍ਰਕਾਸ਼ ਸਿੰਘ ਬਾਦਲ ਸਦਾ ਇਸ ਗੱਲ ਨੂੰ ਦੁਹਰਾਉਂਦੇ ਰਹੇ ਆ ਜੀ ਕਿ ਇਹ ਸੰਕੇਤ ਹੈ, ਇਹ ਗੱਠਜੋੜ ਇਸ ਚੀਜ਼ ਦਾ ਸੰਕੇਤ ਹੈ ਕਿ ਅਸੀਂ ਭਾਈਚਾਰਕ ਸਾਂਝ ਵਧਾਉਣਾ ਚਾਹੁੰਦੇ ਹਾਂ। ਖਾਸ ਤੌਰ 'ਤੇ ਜਿਹੜਾ ਸਾਡਾ ਸਮਾਜਿਕ ਤਾਣਾ ਬਣਾ, ਸਾਡੀ ਬਣਤਰ ਹੈ, ਇਹਦੇ 'ਚ ਹਿੰਦੂ ਸਿੱਖ ਸਾਂਝ ਨੂੰ ਦਰਸਾਉਂਦੀ ਹੈ ਇਹ ਸਾਡੀ ਸਾਂਝ। ਔਰ ਉਹ ਸਦਾ ਕਹਿੰਦੇ ਆ ਕਿ ਇਹ ਸਦਭਾਵਨਾ ਦੀ ਸਾਂਝ ਹੈ, ਇੱਕ ਕੁਦਰਤੀ ਗੱਠਜੋੜ ਹੈ, ਔਰ ਇਹ ਉਹਨਾਂ ਦੋ ਧਿਰਾਂ 'ਚ ਗੱਠਜੋੜ ਹੈ ਜਿਹੜੇ ਫਿਰਕਿਆਂ ਜਾਤਾਂ ਨਾਲ ਸੰਬੰਧਿਤ ਨੇ, ਕਿ ਸ਼੍ਰੋਮਣੀ ਅਕਾਲੀ ਦਲ ਉਹ ਇਹਨੂੰ ਹੌਲੀ ਹੌਲੀ ਜਿਹੜਾ ਵਾ ਜੀ ਉਹ ਪੱਤਾ ਜਿਹੜਾ ਬਾਅਦ 'ਚ ਉਹਨਾਂ ਨੇ ਫੈਲਾਇਆ। ਮੈਂ ਥੋੜ੍ਹਾ ਜਿਹਾ ਹੋਰ ਪਛਾਣ ਲੈ ਚੱਲਿਆ ਜੀ ਕਿ ਜਦੋਂ ਇਸੇ ਹੀ ਸੂਬੇ ਵਿੱਚ ਪੰਜਾਬੀ ਭਾਸ਼ਾ ਦੀ ਮੰਗ ਉੱਠਦੀ ਹੈ, ਬਿਲਕੁਲ ਪੰਜਾਬੀ ਸੂਬੇ ਦੀ ਮੰਗ ਉੱਠਦੀ ਹੈ, ਅਤੇ ਇਹੀ ਪਾਰਟੀ ਜਿਹੜੀ ਆ ਜਿਹਨੂੰ ਉਸ ਵੇਲੇ ਇਹ ਕਿਹਾ ਜਾਂਦਾ ਕਿ ਸਨਾਤਨੀ ਮਤ ਵਾਲੇ ਨੇ, ਇਹ ਲੋਕਾਂ ਨੂੰ ਕਹਿੰਦੇ ਹਿੰਦੀ ਭਾਸ਼ਾ ਲਿਖਾਓ, ਹਿੰਦੀ ਭਾਸ਼ਾ ਲਿਖਾਓ, ਬਿਲਕੁਲ ਉਸ ਵੇਲੇ ਅਕਾਲੀ ਦਲ ਇਹਨਾਂ ਦਾ ਵਿਰੋਧ ਕਰਦਾ ਜੀ। ਲੇਕਿਨ ਜਦੋਂ ਵੰਡ ਕੇ ਖਾਣ ਦੀ ਵਾਰੀ ਆ ਜਾਂਦੀ ਫਿਰ ਹਿੰਦੂ ਸਿੱਖ ਏਕਤਾ ਯਾਦ ਹੋ ਜਾਂਦੀ ਹੈ, ਕਿਉਂਕਿ ਸੱਤਾ ਦੀ ਸੀਰਨੀ ਆ, ਸੱਤਾ ਦੀ ਖੀਰ ਆ ਜਿਹੜੀ ਸੜਕ ਨੂੰ ਸਵਾਲ ਲੱਗਣ ਡਈ ਆ। ਬਿਲਕੁਲ, ਉਹਦੇ ਤੋਂ ਬਾਅਦ ਹਾਲਾਤ ਇਹ ਬਣ ਜਾਂਦੇ ਨੇ ਕਿ ਜਿਹੜਾ ਜੂਨ 84 ਦਾ ਫੌਜੀ ਹਮਲਾ ਆ ਜੀ, ਉਹਦੇ ਬਾਰੇ ਬਿਲਕੁਲ ਸਾਫ਼ ਹੈ ਕਿ ਭਾਜਪਾ ਦੇ ਦੋ ਆਗੂ ਜਿਹੜੇ ਨੇ ਲਾਲ ਕ੍ਰਿਸ਼ਨ ਅਡਵਾਨੀ ਜੀ ਅਤੇ ਅਟਲ ਬਿਹਾਰੀ ਵਾਜਪੇਈ ਮਈ 1984 ਦੇ ਵਿੱਚ ਬਕਾਇਦਾ ਪਾਰਲੀਮੈਂਟ ਤੱਕ ਜਲੂਸ ਕੱਢਦੇ ਨੇ ਜੀ। ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਆ ਮਾਈ ਕੰਟਰੀ ਮਾਈ ਲਾਈਫ, ਉਹਦੇ 'ਚ ਉਹਦੇ ਵਿੱਚ ਸਾਫ਼ ਲਿਖਿਆ ਕਿ ਇੰਦਰਾ ਜਿਹੜੀ ਸੀ ਉਹ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਨ ਦੇ ਹੱਕ ਵਿੱਚ ਨਹੀਂ ਸੀ, ਥੋੜ੍ਹਾ ਝਿਜਕਦੀ ਸੀ, ਵੀ ਫੋਰਸਡ ਹਰ, ਹਾਂ ਅਸੀਂ ਉਹਨੂੰ ਮਜਬੂਰ ਕੀਤਾ ਕਿ ਤੂੰ ਕਰ। ਬਾਅਦ ਦੇ ਵਿੱਚ ਇਹੀ ਵਾਜਪੇਈ ਇਹੀ ਅਡਵਾਨੀ ਇਸ ਫੈਸਲੇ ਨੂੰ ਫੌਜੀ ਹਮਲੇ ਨੂੰ ਕਹਿੰਦੇ ਨੇ ਦੇਰ ਨਾਲ ਲਿਆ ਗਿਆ ਸਹੀ ਫੈਸਲਾ ਜੀ। ਬਿਲਕੁਲ, ਲੇਕਿਨ ਪ੍ਰਕਾਸ਼ ਸਿੰਘ ਬਾਦਲ 1984 ਤੋਂ ਲੈ ਕੇ 1996 ਤੱਕ ਜੀ, ਅਤੇ 1996 ਤੋਂ ਲੈ ਕੇ 2017 ਤੱਕ ਜੀ, ਔਰ ਹੁਣ ਵੀ ਇਸ ਸਾਰੇ ਜੂਨ 84 ਨੂੰ ਅਤੇ ਨਵੰਬਰ 84 ਨੂੰ ਆਪਣਾ ਚੋਣ ਏਜੰਡੇ ਦੇ ਟੌਪ ਦੇ ਉੱਤੇ ਲੈ ਕੇ ਤੁਰਦਾ। ਬਿਲਕੁਲ, ਕਿ ਸਿੱਖਾਂ ਦੇ ਉੱਤੇ ਹਮਲਾ ਹੋਇਆ, ਸਿੱਖਾਂ ਦੇ ਉੱਤੇ ਹਮਲਾ ਹੋਇਆ, ਕਾਂਗਰਸ 'ਤੇ ਇਲਜ਼ਾਮ ਲਾਉਂਦੇ, ਕਾਂਗਰਸ 'ਤੇ ਇਲਜ਼ਾਮ ਹੈ। ਲੇਕਿਨ ਜਦੋਂ ਕਿਤੇ ਵੀ ਇਹ ਪੁੱਛਿਆ ਜਾਂਦਾ ਕਿ ਬੀਜੇਪੀ ਕਿਉਂ ਨਹੀਂ, ਤਾਂ ਫਿਰ ਚਾਹੇ ਉਹ ਅਕਾਲ ਤਖ਼ਤ ਦਾ ਜਥੇਦਾਰ ਹੋਵੇ, ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ, ਅਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਅਤੇ ਚਾਹੇ ਸੁਖਬੀਰ, ਸਾਰਿਆਂ ਦੀ ਜ਼ਬਾਨ ਨੂੰ ਤਾਲਾ ਲੱਗ ਜਾਂਦਾ। ਸ਼੍ਰੋਮਣੀ ਅਕਾਲੀ ਦਲ ਕੀ ਸਟੈਂਡ ਲੈਂਦਾ ਹੈ, ਕੀ ਉਹਦੀ ਅਪਰੋਚ ਹੈ, ਵੋਟ ਨੂੰ ਲੈ ਕੇ ਉਹਨੇ ਕਿਸ ਤਰ੍ਹਾਂ ਨਾਲ ਆਪਣੇ ਨੈਕਸਟ ਮੂਵ ਲੈਣੀ ਹੁੰਦੀ ਆ, ਉਹਨਾਂ ਨੂੰ ਮੁਬਾਰਕ। ਬਿਲਕੁਲ, ਲੇਕਿਨ ਅਸੀਂ 1984 ਦੇ ਦਰਬਾਰ ਸਾਹਿਬ 'ਤੇ ਹਮਲੇ ਨੂੰ ਉਹਦੀ ਘੋਰ ਨਿੰਦਾ ਕਰਦੇ ਹਾਂ, ਕਾਂਗਰਸ ਨੂੰ ਸਖ਼ਤ ਸ਼ਬਦਾਂ 'ਚ ਉਹਦੀ ਨਿਖੇਧੀ ਕਰਦੇ ਹਾਂ, ਔਰ ਜੋ ਕਤਲੇਆਮ ਸਿੱਖਾਂ ਦਾ ਦਿੱਲੀ ਔਰ ਬਾਕੀ ਸ਼ਹਿਰਾਂ 'ਚ ਹੋਇਆ, ਬਿਲਕੁਲ ਅਸੀਂ ਕਾਂਗਰਸ ਜਮਾਤ ਨੂੰ ਬਿਲਕੁਲ ਇਹਦੇ ਲਈ ਦੋਸ਼ੀ ਮੰਨਦੇ ਹਾਂ। ਬਿਲਕੁਲ, ਕਿਉਂਕਿ ਜਿਹਨਾਂ ਕੋਲ ਸੱਤਾ ਸੀ ਉਹਨਾਂ ਦੀ ਡਿਊਟੀ ਸੀ ਰਾਜ ਧਰਮ, ਬਿਲਕੁਲ ਉਹਨਾਂ ਨੇ ਰੋਕਣਾ ਸੀ, ਉਹਨਾਂ ਨੇ ਸਭ ਦੀ ਪ੍ਰੋਟੈਕਸ਼ਨ ਕਰਨੀ ਸੀ ਜੀ,
ਉਹ ਵਾਹੀਆ ਤਰੀਕੇ ਨਾਲ ਜਿਹੜਾ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਜਿਹੜੀ ਗੱਲ ਮੈਂ ਤੋਰਨ ਲੱਗਾਂਗੇ ਜੀ ਕਿ 1984 ਤੋਂ 2 ਲੇਕਿਨ ਉਹਦੇ ਤੋਂ ਬਾਅਦ ਜਿਹੜੀ ਸੂਬੇ ਦੇ ਵਿੱਚ ਅਹਿਮ ਘਟਨਾ ਵਾਪਰਦੀ ਹੈ ਜੀ ਉਹ ਹੈ 2015 ਦਾ ਬੇਅਦਬੀ ਕਾਂਡ। ਬਿਲਕੁਲ ਬਿਲਕੁਲ, ਜਦੋਂ ਬੇਅਦਬੀ ਕਾਂਡ ਵਾਪਰਦਾ ਜੀ ਉਦੋਂ ਵੀ ਸਰਕਾਰ ਕਿਹੜੀ ਹੈ? ਅਕਾਲੀ ਦਲ ਦੀ। ਅਕਾਲੀ ਦਲ ਦੀ, ਭਾਜਪਾ ਦੀ, ਭਾਈਵਾਲੀ ਦੇ ਨਾਲ ਸਾਂਝੀ ਸਰਕਾਰ, ਮੰਤਰੀ ਭਾਜਪਾ ਦੇ ਵਿੱਚ ਨੇ ਜੀ। ਦੋਸ਼ ਜਿਹੜਾ ਆ ਉਹ ਸਿੱਧਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਇੱਕ ਸਿੱਖ ਚਿਹਰੇ ਵਾਲਾ ਦਲ ਆ ਜੀ, ਇਸ ਕਰਕੇ ਉਹਦੇ 'ਤੇ ਲੱਗਦਾ, ਲੇਕਿਨ ਭਾਜਪਾ ਇਹਦੇ ਬਾਰੇ ਜ਼ੁਬਾਨ ਨਹੀਂ ਖੋਲਦੀ। ਅੱਜ ਤੱਕ ਨਹੀਂ ਕੋਈ ਸਟੇਟਮੈਂਟ, ਅੱਜ ਤੱਕ ਬੀਜੇਪੀ ਨੇ ਕਦੀ ਇਹ ਨਹੀਂ ਕਿਹਾ ਕਿ ਹਾਂ ਅਸੀਂ ਸਰਕਾਰ ਦੇ ਵਿੱਚ ਭਾਈਵਾਲ ਸਾਂ ਜੀ, ਜਾਂ ਤੁਸੀਂ ਇਹ ਨਾ ਕਹੋ ਜੀ, ਜਾਂ ਇਹ ਸਹੀ ਸੀ ਜਾਂ ਗਲਤ ਸੀ। ਬੀਜੇਪੀ ਨੇ ਅਜੇ ਤੱਕ ਜ਼ੁਬਾਨ ਨੂੰ ਤਾਲਾ ਲਾਇਆ ਹੋਇਆ, ਇਹ 'ਚ ਕੋਈ ਦੋਰਾਵਾਂ ਨਹੀਂ। ਔਰ ਦੂਸਰੀ ਗੱਲ, ਜਿੱਥੋਂ ਤੁਸੀਂ ਇਹ ਕਹਿ ਰਹੇ ਹੋ ਭਾਜਪਾ ਜਿਹੜੀ ਆ ਇਸ ਵੇਲੇ ਪਰ ਤੋਲ ਰਹੀ ਆ ਜੀ ਕਿ ਅਸੀਂ 2022 ਤੱਕ ਪੂਰਾ ਸੂਬੇ ਦੇ ਵਿੱਚ ਹਨੇਰੀ ਲਿਆ ਦੇਣੀ ਆ, ਅਸੀਂ ਪੂਰੀ ਦੇ ਪੂਰੀ 117 ਸੀਟਾਂ 'ਤੇ ਖੜਨਾ। ਅਤੇ ਮੇਰਾ ਸਵਾਲ ਬੜਾ ਛੋਟਾ ਜਿਹਾ ਜੀ ਕਿ ਜਦੋਂ ਵੀ ਮਰਦਮਸ਼ੁਮਾਰੀ ਹੁੰਦੀ ਹੈ ਜੀ ਉਦੋਂ ਇਹ ਤੱਥ ਸਾਹਮਣੇ ਆਉਂਦਾ ਕਿ ਪੰਜਾਬ ਦੀ ਜਿਹੜੀ ਵੱਸੋਂ ਆ, ਜਿਹੜਾ ਸਿੱਖ ਚਿਹਰਾ ਮੋਹਰਾ ਆ, ਉਹ ਵੱਸੋਂ ਅਗਰ 45% ਹੈ ਜੀ ਅਤੇ 55% ਜਿਹੜੀ ਵੱਸੋਂ ਆ ਉਹ ਗੈਰ ਸਿੱਖ ਚਿਹਰੇ ਵਾਲੀ ਆ ਜੀ, ਚਾਹੇ ਉਹਦੇ 'ਚ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਚਾਹੇ ਈਸਾਈ ਵੀਰ ਨੇ, ਚਾਹੇ ਕੋਈ ਹੋਰ ਆ ਜੀ। ਪਿੰਡਾਂ ਦੇ ਵਿੱਚ ਜਿਹੜੀ ਸਿੱਖ ਵੱਸੋਂ ਆ ਜ਼ਿਆਦਾ, ਉਹ 55% ਹੈ ਜੀ, ਸ਼ਹਿਰਾਂ 'ਚ 45% ਜੀ ਜੀ। ਲੇਕਿਨ ਹੁਣ ਜਦੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਪਿੰਡਾਂ ਵੱਲ ਜਾ ਰਹੇ ਹਾਂ, ਜੋ ਸ਼ਵੇਤ ਮਲਿਕ ਜੀ ਦਾ ਬਿਆਨ ਅੱਜ ਛਪਿਆ ਜੀ ਉਹਦੇ 'ਚ ਇਹ ਹੋਈ ਕਿ ਅਸੀਂ ਪਿੰਡਾਂ 'ਚ ਜਾਣਾ, ਪਿੰਡਾਂ 'ਚ ਬੂਥ ਲੈਵਲ ਤੱਕ ਜਾਣਾ ਜੀ। ਮਾਫ ਕਰਨਾ, ਜੇ ਇਹ ਸਵਾਲ ਭਾਜਪਾ ਦੇ ਜਿਹੜੇ ਇਸ ਵੇਲੇ ਸ਼ਵੇਤ ਮਲਿਕ ਨੇ ਉਹਨਾਂ ਨੂੰ ਪੁੱਛ ਲਿਆ ਜਾਵੇ ਜੀ ਕਿ ਤੁਸੀਂ ਬੇਅਦਬੀ ਕਾਂਡ 'ਚ ਕਿੱਥੇ ਖੜ੍ਹੇ ਹੋ, ਹਾਂ ਤੁਸੀਂ ਉਦੋਂ ਵੀ ਸੱਤਾ ਦੇ ਵਿੱਚ, ਕੇਂਦਰ ਦੇ ਵਿੱਚ ਸੀ ਜੀ, 2014 'ਚੋਂ ਤੁਸੀਂ ਸੱਤਾ 'ਚੋ ਜੀ, 2019 ਤੱਕ ਆਉਂਦਿਆਂ ਆਉਂਦਿਆਂ ਤੁਸੀਂ ਬੇਅਦਬੀ ਕਾਂਡ ਦਾ ਕੀ ਇਨਸਾਫ ਦਿੱਤਾ? ਤੁਸੀਂ ਕੇਂਦਰ ਦੇ ਵਿੱਚ ਸੀ, CBI ਤੁਹਾਡੀ, ਜੋ CBI ਦੀ ਰਿਪੋਰਟ ਆਈ ਆ ਉਹ ਤੁਹਾਡੇ ਸਾਹਮਣੇ ਆ, ਜੋ ਸਟੇਟ ਕਰਦੀ ਰਹੀ ਆ ਉਹ ਤੁਹਾਡੇ ਸਾਹਮਣੇ ਆ। ਦੇਖੋ ਸਰਦਾਰ ਸਾਹਿਬ, ਤੁਸੀਂ ਇੱਕੋ ਸਮੇਂ ਕਈ ਸਵਾਲ ਖੜ੍ਹੇ ਕਰਦੇ ਜੀ, ਔਰ ਬੜੇ ਜਾਇਜ਼ ਸਵਾਲ ਹੈ। ਸਰਦਾਰ ਨਰਿੰਦਰਪਾਲ ਸਿੰਘ ਜਿਹੜੀ ਗੱਲ ਕਹਿ ਰਹੇ ਆ ਕਿ CBI ਦੀ ਕਲੋਜ਼ਰ ਰਿਪੋਰਟ ਕੇਂਦਰ ਨਾਲ ਜੁੜਦੀ ਆ, ਬਿਲਕੁਲ, ਲੇਕਿਨ ਅੱਜ ਕਿਉਂਕਿ BJP ਦੀ ਕੋਈ ਖਾਸ ਬੁਕਤ ਹੈ ਨਹੀਂ ਪੰਜਾਬ 'ਚ, ਪੰਜਾਬ 'ਚ ਨਹੀਂ ਹੈ, ਲੇਕਿਨ ਜਿਹੜੇ ਦੱਬੀ ਸੁਰ ਦੇ ਵਿੱਚ ਵੱਡੇ ਅਕਾਲੀ ਆਗੂ ਇਹ ਮੰਨਦੇ ਆ ਜੀ ਕਿ BJP ਜਿਸ ਤਰੀਕੇ ਦਾ ਰੁੱਖ ਅਖਤਿਆਰ ਕਰ ਰਹੀ ਆ ਜੀ, ਉਸ ਰੁੱਖ ਨੂੰ ਲੈ ਕੇ ਇਹ ਗੱਠਜੋੜ ਦੇਰ ਤੱਕ ਚੱਲਣਾ ਨਹੀਂ ਜੀ, ਲੇਕਿਨ ਫਿਰ ਇੱਕ ਹੋਰ ਦੱਬਵੀਂ ਸੁਰ ਦੇ ਵਿੱਚ ਆਵਾਜ਼ ਉੱਠਦੀ ਆ ਜੀ ਕਿ ਸ਼ਾਇਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਕੇ ਅੱਗੇ ਆਉਣਾ ਪਵੇ, ਕਮਾਨ ਸੰਭਾਲਣੀ ਪਵੇ, ਤਾਂ ਕਿ ਇਹ ਗੱਠਜੋੜ ਬਚਿਆ ਰਹੇ। ਕਿਉਂਕਿ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਦੀ ਹਮਲਾਵਰ ਸ਼ੈਲੀ ਲਈ ਜਾਣਿਆ ਜਾਂਦਾ ਹੈ ਜੀ, ਸ਼ਾਇਦ ਉਹ ਛੋਟੀ ਮੋਟੀ ਗਲਤੀ ਵੀ ਕਰੇ ਤੇ BJP ਚਾਹੁੰਦੀ ਹੋਣੀ ਕਿ ਗਲਤੀ ਕਰੇ। ਸੋ ਇੱਕੋ ਹੀ ਸ਼ਖਸ ਇਸ ਮੌਕੇ ਤੇ BJP ਦੇ ਲੀਡਰ ਵੀ ਔਰ ਅਕਾਲੀ ਦਲ ਦੇ ਵੱਡੇ ਲੀਡਰ ਵੀ ਇੱਕੋ ਸੁਰ 'ਚ ਕਹਿੰਦੇ ਨੇ ਕਿ ਇਸ ਗੱਠਜੋੜ ਨੂੰ ਜੇ ਕੋਈ ਬਚਾ ਸਕਦਾ ਤੇ ਪ੍ਰਕਾਸ਼ ਸਿੰਘ ਬਾਦਲ ਬਚਾ ਸਕਦਾ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਛੇ ਤਰੀਕੇ ਨਾਲ ਸਿਆਸਤ ਵਿੱਚ ਸਰਗਰਮ ਰਹਿੰਦੇ ਆ ਤੇ ਫਿਰ ਮੇਰਾ ਖਿਆਲ ਹੈ ਕਿ ਉਹਨਾਂ ਦੀ ਸ਼ਾਇਦ BJP ਹਾਈਕਮਾਂਡ 'ਚ ਇੱਕ ਸ਼ਬਦ ਵਰਤਣ ਲੱਗਿਆ RSS ਦੇ ਵਿੱਚ ਜੀ ਉਹਨਾਂ ਦੀ ਗੱਲ ਨੂੰ ਸ਼ਾਇਦ ਕੋਈ ਬਹੁਤੀ ਇਗਨੋਰ ਨਾ ਕਰੇ। ਉਸ ਸਥਿਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹੋ ਸਕਦਾ ਡਰਾਈਵਿੰਗ ਸੀਟ ਤੋਂ ਖਿਸਕ ਕੇ ਪਿੱਛੇ ਜਾਣਾ ਪਵੇ ਜੀ, ਔਰ ਗਾਲੇ ਦੇ ਕੰਡਕਟਰ ਸਾਈਡ ਆਉਣ ਦੇ ਜਾਣ ਦੇ। ਲੇਕਿਨ ਜੀ ਇੱਕ ਸਵਾਲ ਬੜਾ ਅਹਿਮ ਆ, ਜਿਹੜੇ ਤੁਸੀਂ 5-7 ਸਵਾਲ ਇਕੱਠੇ ਕਰਤੇ ਨਾ ਜੀ, ਉਹਨਾਂ ਦਾ ਇੱਕੋ ਹੀ ਸਵਾਲ ਆ ਜੀ ਕਿ ਅਜੇ ਤੱਕ BJP ਨੂੰ ਪੰਜਾਬ ਦੇ ਲੋਕਾਂ ਨੇ ਮੰਨਿਆ ਨਹੀਂ ਕਿ ਇਹ ਕਿਸੇ ਜਗ੍ਹਾ ਤੇ ਖੜੀ ਆ ਜਾਂ ਸੱਤਾ ਦੇ ਲਈ ਲੜ ਰਹੀ ਆ, ਅਜੇ ਤੱਕ ਉਹ ਆਪਣੀਆਂ ਗੋਟੀਆਂ ਫਿੱਟ ਕਰੇ। ਬਿਲਕੁਲ, ਜਿੱਦਣ BJP ਭਾਵੇਂ ਸਿੱਖ ਚਿਹਰੇ ਲੈ ਪਏ, ਜਿੱਦਣ ਉਹ ਸਾਹਮਣੇ ਨਜ਼ਰ ਆ ਗਈ ਕਿ ਪੰਜਾਬ ਦੀ ਸੱਤਾ ਲੈਣਾ ਚਾਹੁੰਦੀ ਆ, ਉਦਣ ਬੜੇ ਤਿੱਖੇ ਸਵਾਲ ਲੋਕਾਂ ਦੇ ਆਉਣਗੇ। ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਜੀ ਇਹ ਪੰਜਾਬ ਦੇ ਲੋਕ ਕਰਨਗੇ, ਅਖਬਾਰਾਂ ਦੇ ਜਿਹੜੇ ਲੇਖ ਹੁੰਦੇ ਆ ਉਹ ਕਰਨਗੇ, ਵੱਡੇ ਜਰਨਲਿਸਟ ਵੀ ਕਰਨਗੇ,
और बुद्धिजीवी भी करनगे जिहड़े सवाल सरदार साहब ने उठाए आ कि जदों पंजाब ते भीड़ बनी तुसी कित्थे सी, तुसी कित्थे जदों सवाल यह उठणगे कि भाषा पंजाबी आ कि हिंदी आ, बिल्कुल फिर तुहानूं जवाब देणा औखा, फिर तुहानूं पुछणगे लिपि देवनागरी आ कि गुरमुखी आ, फिर तुहानूं पंजाब दे पाणियां ते जवाब देणे पैणगे, बिल्कुल तुसी कित्थे हो इस वेले, श्री गुरु ग्रंथ साहिब ते जवाब देणे पैणगे की जिहड़ी पंजाब दी भाजपा आ उह पंजाब दे पाणियां दे मुद्दे ते हरियाणे दे नाल खड़ी आ जां पंजाब नाल, जे हरियाणा जिहड़ा आ उह बार बार मनोहर लाल खट्टर दे रूप दे विच जां जिहड़े उह डिप्टी जल मंत्री ने जी जिहड़ा ट्रिब्यूनल जिहड़ा जिहड़ा बनाया होया जी, ठीक है जी, उहदे जिहड़े दूजे नंबर ते ने उह हरियाणे दे जा रहे ने जी, ते फिर तुसीं कित्थे हो, ਤੁਹਾਡੇ ਜਿਹੜੇ ਸ਼ਵੇਤ ਮਲਿਕ ਸਾਹਿਬ ਜਿਹੜੇ ਮੈਂਬਰ ਰਾਜ ਸਭਾ ਨੇ ਜੀ, ਜਾਂ ਤੁਹਾਡੇ ਮੈਂਬਰ ਪਾਰਲੀਮੈਂਟ ਕਿੱਥੇ ਨੇ ਇਸ ਵੇਲੇ ਉਹ ਸਰਦਾਰ ਸਾਹਿਬ, ਕੀ ਸੰਨੀ ਦਿਓਲ ਤੁਹਾਡੇ ਕੀ ਸੰਨੀ ਦਿਓਲ ਨੇ ਪਾਣੀ ਦੀ ਗੱਲ ਕੀਤੀ ਅਜੇ ਤੱਕ? ਨਹੀਂ, ਸੰਨੀ ਦਿਓਲ ਦੀ ਹੈਸੀਅਤ ਕੀ ਹੈ, ਮਤਲਬ ਗੱਲ ਹੈਸੀਅਤ ਦੀ ਨਹੀਂ, ਮੇਰਾ ਮਤਲਬ ਸਿਆਸਤ ਦੇ ਵਿੱਚ ਅਜੇ ਉਹਦੀ ਹੈਸੀਅਤ ਸਰਦਾਰ ਬਹਾਦਰ ਇੱਕ ਸਿਖਾਂਦਰੂ ਦੀ ਹੈ ਰੰਧਾਵਾ ਜੀ, ਗੱਲ ਹੈਸੀਅਤ ਦੀ ਨਹੀਂ ਜੀ, ਗੱਲ ਤੇ ਇਹ ਆ ਕਿ ਕੁਰਸੀ ਤੇ ਘੇਰ ਕੇ ਬੈਠੇ ਨੇ ਨਾ, ਪੰਜ ਸੌ ਪੰਤਾਲੀਆਂ ਦੇ ਵਿੱਚ ਇੱਕ ਕੁਰਸੀ ਤੇ ਉਹਨਾਂ ਮੱਲੀ ਹੋਈ ਹੈ, ਬਿਲਕੁਲ ਉਹ ਕੁਰਸੀ ਜਿਹੜੀ ਆ ਉਹ ਐਵੇਂ ਨਹੀਂ ਆ, ਉਹ ਗੁਰਦਾਸਪੁਰੀਆਂ ਨੇ ਪਤਾ ਨਹੀਂ ਕਿੱਦਾਂ ਉਹ ਕਹਿੰਦੇ ਨਾ ਤੀਲਾ ਤੀਲਾ ਜੋੜ ਕੇ ਤੇ ਇਕੱਠੀ ਕਰਕੇ ਫੜਾਈ ਹੈ, ਉਹ ਗੁਰਦਾਸਪੁਰੀਏ ਨਾ ਇਸ ਗੱਲ ਦੇ ਸ਼ੌਕੀਨ ਹੈ, ਅੱਛਾ ਨਵਾਂ ਬੰਦਾ ਪਰਖ ਲਓ ਨਾਲੇ ਜਿਹੜਾ ਵਾ ਉਹ ਕਹਿੰਦੇ ਆ ਜੀ ਇਹ ਵਾਹ ਵਾਹ ਗਲੈਮਰ ਲੈ ਕੇ ਆਉਂਦੇ ਆ, ਪਰ ਪੰਜਾਬੀ ਐਡੇ ਨਹੀਂ ਹੈ ਕਿ ਉਹ ਕਹਿਣਗੇ ਹੁਣ ਨਵਿਆਂ ਨੂੰ ਪਰਖ ਲਓ, ਨਹੀਂ ਨਹੀਂ ਬਿਲਕੁਲ ਠੀਕ ਤੁਹਾਡੀ, ਉਹ ਪੁਰਾਣਿਆਂ ਨੂੰ ਤੇ ਮਾਂਝਣਗੇ ਚੰਗੀ ਤਰ੍ਹਾਂ, ਮਾਂਝਣਗੇ ਲਿਸ਼ਕਾ ਲੈਣਗੇ ਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪ੍ਰਕਾਸ਼ ਸਿੰਘ ਬਾਦਲ ਦੀ ਜੀ, ਤੇ ਪ੍ਰਕਾਸ਼ ਸਿੰਘ ਬਾਦਲ ਕੁਝ ਦਿਨ ਪਹਿਲਾਂ ਇਹ ਗੱਲ ਕਹਿ ਚੁੱਕੇ ਨੇ ਕਿ ਹੁਣ ਮੇਰੀ ਸੁਣੀ ਨਹੀਂ ਜਾਂਦੀ, ਲੇਕਿਨ ਉਹ ਇੱਕ ਗੱਲ ਹੋਰ ਕਹਿੰਦੇ ਆ ਜੀ ਕਿ ਸੁਖਬੀਰ ਮੇਰੇ ਜੀਂਦੇ ਜੀ ਜੀ ਹਰਿਆਣੇ ਦੇ ਵਿੱਚ ਭਾਜਪਾ ਦੇ ਖਿਲਾਫ ਨਾ ਲੜੇ, ਭਾਜਪਾ ਦੇ ਖਿਲਾਫ ਹਰਿਆਣੇ 'ਚ ਨਾ ਲੜੇ, ਕਿਉਂਕਿ ਹਰਿਆਣੇ ਦੇ ਵਿੱਚ ਦਿਸਦਾ ਪਿਆ ਕਿ ਉਹ ਉਹਦੀ ਦੋਹਰੀ ਚਾਲ ਹੈ, ਪ੍ਰਕਾਸ਼ ਸਿੰਘ ਬਾਦਲ ਜਿਹੜਾ ਗੱਲ ਕਰਨ ਲੱਗਾ ਐਸੀ ਗੁੱਝੀ ਗੱਲ ਕਰਦਾ ਕਿ ਉਹਦੀ ਰਮਜ ਬਾਅਦ 'ਚ ਲੱਭਣੀ ਪੈਂਦੀ ਹੈ, ਉਹਨੂੰ ਲੱਗਦਾ ਕਿ ਜੇ ਉੱਥੇ ਭਾਜਪਾ ਦੇ ਖਿਲਾਫ ਲੜਿਆ ਜੀ ਤੇ ਕਿਹਨੂੰ ਸਪੋਰਟ ਕਰੇਗਾ, ਚੁਟਾਲਿਆਂ ਨੂੰ, ਚੁਟਾਲਿਆਂ ਨੂੰ, ਚੁਟਾਲਿਆਂ ਦੇ ਅੱਗੇ ਭਾਂਡੇ ਮੁੱਦੇ ਵੱਜੇ ਪਏ ਨੇ, ਬਿਲਕੁਲ ਠੀਕ ਹੈ, ਜਿਹੜੀ ਚੁਟਾਲਿਆਂ ਨੇ ਪਰਿਵਾਰ ਹੀ ਪਾਟ ਗਿਆ, ਦੋ ਪਾਰਟੀਆਂ ਨੇ ਦੋਨੇ ਜਿਹੜੀਆਂ ਨੇ ਉਹ ਜਿੱਤਣ ਦੇ ਨਹੀਂ ਹੈਗੀਆਂ ਜੀ ਮੂਡ 'ਚ, ਔਰ ਤੀਸਰਾ ਜਿਹੜਾ ਬਸਪਾ ਜਿਹੜੀ ਆ ਉਹਦਾ ਭਾਵੇਂ ਵੋਟ ਫੀਸਦੀ ਜਿਹੜਾ ਆ ਪੋਲਿੰਗ ਦਾ ਜਿਹੜਾ ਆ ਉਹ 6.5% ਤੋਂ ਲੈ ਕੇ 2% ਤੱਕ ਵੀ ਨਹੀਂ ਰਿਹਾ ਜੀ, ਲੇਕਿਨ ਉਹਦੇ ਬਾਵਜੂਦ ਉਹ ਇੱਕ ਪਾਰਟੀ ਵਜੋਂ ਉਹਦੇ ਕੋਲ ਮਾਨਤਾ ਹੈ, ਮਾਨਤਾ ਉਹਦਾ ਇੱਕ ਨਾਂ ਆ, ਔਰ ਇੱਕ ਮੋਹਰ ਲੱਗੀ ਹੋਈ ਕਿ ਇਹਦੇ ਕੋਲ ਦਲਿਤ ਵੋਟ ਹੈ, ਉਹ ਕਾਂਗਰਸ ਨਾਲ ਤੁਰ ਪਿਆ, ਉਹ ਕਾਂਗਰਸ ਨਾਲ ਤੁਰ, ਕੱਲ੍ਹ ਮਾਇਆਵਤੀ ਨੇ ਹੁੱਡਾ ਦੇ ਨਾਲ ਆਪਣਾ ਮੁਲਾਕਾਤ ਕੀਤੀ ਹੈ ਜੀ, ਸੋ ਇਹ ਆ ਕਿ ਇਸ ਕਰਕੇ ਵੀ ਕਾਕਾ ਤੂੰ ਉੱਧਰ ਨਾ ਜਾਈਂ, ਹਾਰ ਇਹ ਗਏ ਤੇ ਨਾ ਤੇਰਾ ਲੱਗ ਜਾਣਾ ਹੀ। ਸਵਾਲ ਹੋਰ ਵੀ ਖੜਾ ਜੀ ਕਿ ਕੱਲ ਨੂੰ ਜਦੋਂ ਨੈਗੋਸੀਏਸ਼ਨ ਦੀ ਗੱਲ ਆਊਗੀ, ਬਿਲਕੁਲ, ਤੇ ਮੈਂ ਕਹੂੰਗਾ ਕਿ ਮੁੰਡਾ ਤੇ ਉਦੋਂ ਸਿੱਖ ਵੋਟ ਲੜਨਾ ਚਾਹੁੰਦਾ ਸੀ, ਵੱਡੀ ਜੜੀ ਸੀ, ਨਹੀਂ ਲੜਨ ਦਿੱਤਾ, ਮੈਂ ਤੁਹਾਡੇ ਨਾਲ ਰਿਸ਼ਤੇ ਨਿਭਾਉਣਾ, ਬਿਲਕੁਲ। ਦੂਜੀ ਗੱਲ ਇਹ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦਾ ਗਿਆਨ ਆ, ਅਗਲਾ ਸੀਟ ਤੇ ਇੱਕ ਨਹੀਂ ਦੇਣੀ ਜੀ, ਤੇ ਆਪ ਕੱਲਿਆਂ ਲੜਿਆ ਉੱਥੋਂ 2% ਵੀ ਵੋਟ ਨਹੀਂ ਪੈਣੀ ਜੀ, ਕਿਉਂਕਿ ਸਿੱਖ ਤੇ ਅਕਾਲੀ ਦਲ ਵੱਲ ਹੁਣ ਮੂੰਹ ਨਹੀਂ ਕਰ ਰਹੇ ਜੀ, ਸੋ ਇਹਨਾਂ ਪਰਿਸਥਿਤੀਆਂ ਦੇ ਵਿੱਚ ਕਿ ਕੋਈ ਸਾਨੂੰ ਨਕਾਰ ਦੇਵੇ ਜੀ, ਉਸ ਤੋਂ ਪਹਿਲਾਂ ਹੀ ਅਸੀਂ ਕਹੀਏ ਵੀ ਅਸੀਂ ਲੜਨਾ ਹੀ ਨਹੀਂ, ਬਿਲਕੁਲ। ਲੇਕਿਨ 2022 ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਣਨੀਤੀ ਤੇ ਰਾਜਨੀਤੀ ਬੜੀ ਗਹਿਰੀ ਹੋਊਗੀ ਜੀ, ਉਹ ਚਾਹੁਣਗੇ ਕਿ ਬੀਜੇਪੀ ਇੱਕ ਵਾਰੀ ਭੱਜ ਲਏ ਅੱਗੇ ਲੱਗ ਕੇ, ਜਿਹੜੇ ਪ੍ਰਦੇਸ਼ ਲੀਡਰ ਰੌਲਾ ਰੌਲਾ ਪਾ ਲੈਣ ਜੀ, ਕਿਉਂਕਿ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਬੀਜੇਪੀ ਲਈ ਜਗ੍ਹਾ ਬਣਨੀ ਸ਼ਾਇਦ ਓਨੀ ਸੌਖੀ ਨਹੀਂ, ਬਿਲਕੁਲ। ਔਰ ਜੇਕਰ ਬੀਜੇਪੀ ਰੌਲਾ ਰੱਪਾ ਪਾ ਕੇ ਭਰਤੀ ਦਿਖਾ ਕੇ ਆਪਣਾ ਯੂਨਿਟ ਸਥਾਪਿਤ ਕਰ ਲੈਂਦੀ ਆ, ਪ੍ਰਦੇਸ਼ ਪ੍ਰਧਾਨ ਤੋਂ ਲੈ ਕੇ ਥੱਲੇ ਤੱਕ ਇਲੈਕਸ਼ਨ ਹੋ ਜਾਂਦੀ ਹੈ। ਇੱਕ ਸਵਾਲ ਕਰਨ ਲੱਗਾ ਜੀ, ਤੁਸੀਂ ਵੀ ਸਵਾਲ ਕਰ ਰਹੇ ਹੋ, ਇਹ ਮੁੱਦਾ ਸ਼ਵੇਤ ਮਲਿਕ ਜਿਹੜੇ ਇਸ ਵੇਲੇ ਸੂਬੇ ਦੇ ਪ੍ਰਧਾਨ ਨੇ ਉਹ ਵੀ ਉਠਾ ਰਹੇ ਨੇ ਜੀ, ਉਹਨਾਂ ਦਾ ਬਿਆਨ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਭਾਜਪਾ ਦੀ ਭਰਤੀ ਹੈ ਉਹ 7 ਲੱਖ ਹੋ ਗਈ ਹੈ, ਹੋ ਗਈ ਹੈ, ਜਿਹੜੀ ਕਿ ਨਿਰਧਾਰਿਤ ਜਿਹੜਾ ਸਾਡਾ ਟੀਚਾ ਸੀ ਉਹਦੇ ਨਾਲੋਂ 2 ਲੱਖ ਵੱਧ ਹੈ ਲਗਭਗ। ਮੈਂ ਸਵਾਲ ਸ਼ਵੇਤ ਮਲਿਕ ਜੀ ਨੂੰ ਕਰ ਰਿਹਾ ਕਿ ਕੀ ਪੰਜਾਬ ਦੇ ਵਿੱਚ ਹਿੰਦੂ ਵੋਟ ਜਿਹੜੀ ਹੈ ਕੀ ਉਹਦੀ ਗਿਣਤੀ 7 ਲੱਖ ਜੀ, ਜਾਂ ਜੋ ਮੌਜੂਦਾ, ਕਿਉਂਕਿ ਇਹ ਕੇਂਦਰ 'ਚ ਨੇ ਜੀ, ਤੁਹਾਡੇ ਕੋਲ ਅੰਕੜੇ ਜਿਹੜੇ ਨੇ 2011 ਦੇ ਜਿਹੜਾ ਮਰਦਮਸ਼ੁਮਾਰੀ ਆਈ ਹੈ, ਤੁਹਾਡੇ ਸਾਧਨ ਨੇ, ਤੁਸੀਂ
2019 की मरदमशुमारी भी अंतर खाते करवाई होएगी क्योंकि तुहाडियां एजेंसियां ने जी। श्वेत मलिक जी ये जरूर साफ कर दिओ कि तुहाडा 7 लाख जिहड़ा आ ओ इस पंजाब दे विच सत्ता बनाउण दे लई समर्थ हो चुका है। बड़ा अच्छा, क्योंकि जदों वोटां पैणियां ने जी रंधावा साहब, जदों वोटां पैंदियां ने जदों इह किहा जांदा जी 70% दी वोट पै गई जी, ते फिर असीं 70% दी वोट जिहड़ी आ ਉਹਨੂੰ ਇਹ ਨਹੀਂ ਗਿਣਦੇ, ਅਸੀਂ ਕਹਿੰਦੇ 70 ਲੱਖ ਵੋਟ ਪੈ ਗਈ। ਹਾਂ ਬਿਲਕੁਲ ਬਿਲਕੁਲ, ਫਿਰ ਇਹ ਹੁੰਦਾ 70 ਲੱਖ ਵੋਟ ਪੈ ਗਈ, ਫਿਰ ਅਸੀਂ ਇਹ ਗਿਣਦੇ ਹਾਂ ਕਾਂਗਰਸ ਨੇ ਇੰਨੇ ਫੀਸਦ ਦੀ ਵੋਟਾਂ ਲਈਆਂ। ਜਿਸ ਤਰ੍ਹਾਂ ਐਤਕੀ ਹੋਇਆ ਆਮ ਆਦਮੀ ਪਾਰਟੀ ਦਾ ਵੋਟ ਫੀਸਦ ਹੀ ਜ਼ਿਆਦਾ ਰਿਹਾ ਜੀ ਅਕਾਲੀ ਦਲ ਨਾਲੋਂ। ਹਾਂਜੀ, ਵੋਟ ਫੀਸਦ ਹੀ ਜ਼ਿਆਦਾ ਰਿਹਾ ਜੀ। ਕਈ ਵਾਰੀ ਪਾਰਟੀਆਂ ਦਾ ਵੋਟ ਫੀਸਦ ਹੀ ਜ਼ਿਆਦਾ ਹੁੰਦਾ ਲੇਕਿਨ ਸੀਟਾਂ ਘੱਟ ਹੁੰਦੀਆਂ। ਨਹੀਂ ਤੁਸੀਂ ਥੋੜ੍ਹਾ ਦਰੁਸਤ ਕਰ ਦਿਓ ਜੀ, ਅਕਾਲੀ ਦਲ ਦਾ ਵੋਟ ਫੀਸਦੀ ਆਪ ਨਾਲੋਂ ਥੋੜਾ ਵੱਧ ਰਿਹਾ, ਵੱਧ ਰਿਹਾ ਤੇ ਸੀਟਾਂ 15 ਉਹਨਾਂ ਦੀਆਂ 20। ਹਾਂ, ਉਹਨਾਂ ਦਾ ਗਲਤ ਫਿਰ ਉਹੀ ਹੋਈ ਕਿ ਦੇਖਿਆ ਜਾਂਦਾ ਕਿ ਟੋਟਲ ਵੋਟ ਪਈ ਕਿੰਨੀ ਪਾਰਟੀ ਨੂੰ। ਹਾਂ, ਸਾਨੂੰ ਤੇ ਇਹ ਅੰਕੜੇ ਚਾਹੀਦੇ ਨੇ ਕਿ ਸ਼ਵੇਤ ਮਲਿਕ ਜੀ ਤੁਸੀਂ 2000 ਜਦੋਂ ਆਉਂਦੇ ਹੋ 16 ਦੇ ਵਿੱਚ ਸ਼ਾਇਦ ਤੁਸੀਂ ਆਉਂਦੇ ਹੋ ਜੀ, ਸ਼ਵੇਤ ਮਲਿਕ ਜੀ ਆਉਂਦੇ ਨੇ ਜਦੋਂ ਸੰਪਲਾ ਜੀ ਜਿਹੜੇ ਨੇ ਪਿਛਲੇ ਸਾਲ ਸੰਪਲਾ ਜੀ ਜਦੋਂ 18 ਜੀ ਬਣੇ। ਹਾਂ, 18 ਸੰਪਲਾ ਜੀ ਨੂੰ ਜਦੋਂ ਲਾਇਆ ਜਾਂਦਾ ਤੇ ਤੁਸੀਂ ਇਹ ਦੱਸ ਦਿਓ ਕਿ 2018 ਤੋਂ ਲੈ ਕੇ ਹੁਣ ਤੱਕ ਤੁਹਾਡਾ ਜਿਹੜਾ ਤੁਹਾਡੇ ਸਮੇਂ ਦੌਰਾਨ ਦੱਸ ਦਿਓ ਕਿ ਤੁਸੀਂ ਤੁਹਾਡੀ ਕੀ ਪ੍ਰਾਪਤੀ ਇਸ ਮਸਲੇ 'ਤੇ, ਕੀ ਤੁਸੀਂ ਵੋਟ ਫੀਸਦੀ ਵਧਾ ਸਕੇ ਹੋ? ਤੁਹਾਡੇ ਸਾਹਮਣੇ ਆ ਇੱਕ ਤੁਸੀਂ 2 ਸੀਟਾਂ ਜਿਹੜੀ ਇੱਕ ਸੀਟ ਜਿਹੜੀ ਸਾਡੇ ਸਾਹਮਣੇ ਆ ਦਿਸਦੀ ਵੀ ਗੁਰਦਾਸਪੁਰ ਦੀ ਤੁਸੀਂ ਆਰਾਮ ਨਾਲ ਜਿੱਤ ਗਏ ਹੋ ਜੀ, ਠੀਕ ਹੈ ਜੀ। ਅੰਮ੍ਰਿਤਸਰ ਦੀ ਸੀਟ ਤੁਸੀਂ ਨਿਰੰਤਰ 2014 ਤੋਂ ਹਾਰ ਰਹੇ ਹੋ ਜੀ, 2014 'ਚ ਹਾਰੇ, 2017 'ਚ ਜਿਮਨੀ ਚੋਣ ਹਾਰੇ, ਠੀਕ ਹੈ ਜੀ। ਫਿਰ ਤੁਸੀਂ ਹੁਣ 2017 'ਚ ਜਿਹੜੀ ਕੈਪਟਨ ਸਾਹਿਬ ਦੇ ਚਲੇ ਗਏ ਨੇ, ਗੁਰਜੀਤ ਔਜਲਾ ਦੂਜੀ ਵਾਰੀ ਬਣਦੇ ਨੇ ਜੀ, ਤੁਸੀਂ 3 ਵਾਰੀ ਲਗਾਤਾਰ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਹਾਰ ਰਹੇ ਹੋ ਜੀ। ਔਰ ਇਸ ਵੇਲੇ ਤੁਹਾਡੇ ਕੋਲ ਅੰਮ੍ਰਿਤਸਰ ਦੇ ਵਿੱਚ ਕਿਹੜੀ ਵਿਧਾਇਕ ਦਲ ਦੀ ਸੀਟ ਹੈਗੀ ਉਹ ਵੀ ਦੱਸ ਦਿਓ। ਠੀਕ ਗੱਲ, ਤੁਹਾਡਾ ਗੁਰੂ ਨਗਰੀ ਹੈ ਨਾ, ਤੁਸੀਂ ਸਿੱਖ ਵੋਟ ਲੈਣੀ ਆ ਤਾਂ ਕਿਹਦੇ ਕੋਲੋਂ ਲੈਣੀ ਆ ਹੁਣ? ਨਹੀਂ ਦੇਖੋ, ਗੱਲ ਇਹ ਹੈ ਕਿ ਹਰੇਕ ਨੂੰ ਸੁਪਨਾ ਵੇਖਣ ਦਾ ਹੱਕ ਹੈ, ਅਗਲੇ ਸੁਪਨਾ ਵੇਖ ਰਹੇ ਕਿਉਂਕਿ ਉਹਨਾਂ ਕੋਲ ਕੇਂਦਰ 'ਚ ਸੱਤਾ ਜੀ, ਜਦੋਂ ਪਿੱਛੇ ਸੱਤਾ ਹੋਵੇ ਜੀ ਤੇ ਉਹ ਜੋਸ਼ ਤੇ ਬਲ ਭਰਦੀ ਹੈ ਕਿ ਗਾਂਹ ਤੁਰੋ ਜੀ ਅਗਲਿਆਂ ਨੂੰ। ਜਦੋਂ ਦੇਖੋ ਬੀਜੇਪੀ ਨੇ ਲਗਭਗ ਬਹੁਤੀਆਂ ਸਟੇਟਾਂ ਦੇ ਵਿੱਚ ਆਪਣੀ ਸਲਤਨਤ ਕਾਇਮ ਕਰ ਲਈ, ਬਿਲਕੁਲ ਠੀਕ ਹੈ। ਜਦੋਂ ਦੇਖੋ ਸਾਰੇ ਪ੍ਰਦੇਸ਼ਾਂ ਦੇ ਪ੍ਰਧਾਨਾਂ ਦੀ ਮੀਟਿੰਗ ਹੁੰਦੀ ਹੋਊਗੀ ਜੀ, ਤੇ ਅਮਿਤ ਸ਼ਾਹ ਦਾ ਤੁਹਾਨੂੰ ਪਤਾ ਵੀ ਉਹ ਕਿੱਦਾਂ ਸਵਾਲ ਪੁੱਛਦੇ ਜੀ, ਇੱਕ ਇੱਕ ਨੂੰ ਆਪਣਾ ਡਾਟਾ ਦੇਣਾ ਪੈਂਦਾ ਹੋਊਗਾ ਜੀ। ਪੰਜਾਬ ਸਿਰ ਠਾਂ ਕਰਕੇ ਬਹਿੰਦਾ ਹੋਊਗਾ, ਭਾਵੇਂ ਸ਼ਵੇਤ ਮਲਿਕ ਭਾਵੇਂ ਸੰਪਲਾ ਜੀ, ਲਾਇਆ ਸੰਪਲਾ ਨੂੰ ਵੀ ਇਸੇ ਕਰਕੇ ਜੀ। ਹੁਣ ਸਥਿਤੀ ਇਹ ਆ ਕਿ ਜਦੋਂ ਉਹ ਸਾਰਿਆਂ ਨੂੰ ਬੂਸਟ ਕਰਦੇ ਆ ਜੀ ਤੇ ਸਾਡੇ ਵਾਲੇ ਵੀ ਹੋ ਜਾਂਦੇ ਆ ਬਿਜ਼ੀ, ਇਹ ਸੋਚੇ ਬਿਨਾਂ ਕਿ ਜਿਸ ਪੜੁੱਲ ਤੋਂ ਛਾਲ ਮਾਰਨੀ ਆ ਜੀ ਉਹ ਤੇ ਪੱਥਰ ਦਾ, ਬਿਲਕੁਲ। ਸੋ ਲੱਤਾਂ ਤੜਾਉਣ ਵਾਲੀ ਗੱਲ ਆ, ਪਹਿਲਾਂ ਤੇ ਪੜੁੱਲ ਪਹਿਲਾਂ ਗੋਡੀ ਤੇ ਕਰ ਲਓ, ਬਿਲਕੁਲ। ਸਾਡੀ ਮਾਨਸਿਕਤਾ 'ਚ ਡੂੰਘੇ ਉਤਰੋ, ਬਿਲਕੁਲ। ਜਿਹੜੀਆਂ ਗਲਤੀਆਂ ਕੀਤੀਆਂ ਉਹਦੇ ਲਈ ਮਾਫੀਆਂ ਮੰਗੋ, ਬਿਲਕੁਲ। ਸਾਡੇ ਜਖਮਾਂ ਤੇ ਮਲਬ ਲਾਓ। ਜਿਹੜਾ ਧੋਖਾ ਤੁਸੀਂ ਪੰਜਾਬ ਨੂੰ ਦਿੱਤਾ ਜੀ, ਘੱਟੋ ਘੱਟ ਬਹੁਤਾ ਨਹੀਂ, ਤੁਸੀਂ ਇਹ ਜ਼ਰੂਰ ਮੰਨੋਗੇ ਕਿ ਆਖਰ ਨੁਕਸਾਨ ਜਿਹੜਾ ਤੁਸੀਂ ਪੰਜਾਬ ਦਾ ਕਰਾਇਆ ਜੀ। ਜੇ ਕਾਂਗਰਸ ਦੋਸ਼ੀ ਸੀ ਜੀ, ਕੀ ਤੁਸੀਂ ਕਾਂਗਰਸ ਨੂੰ ਸਜ਼ਾ ਦਵਾ ਸਕੇ? ਨਹੀਂ ਦਵਾ ਸਕੇ ਤੁਸੀਂ, ਕਿਉਂਕਿ ਵਿਚਾਰਧਾਰਾ ਹੀ ਸੇਮ ਸੀ। ਤੁਹਾਡੀ ਵਿਚਾਰਧਾਰਾ ਜਿਹੜੀ ਸੀ ਕਿਤੇ ਨਾ ਕਿਤੇ ਅੰਦਰ ਖਾਤੇ ਇੱਕੋ ਜਿਹੀ ਸੀ ਜੀ। ਲੇਕਿਨ ਇਹ ਜ਼ਰੂਰ ਹੈ ਕਿ ਜਿਸ RSS ਦੇ ਹੁਕਮਾਂ ਦੇ ਅਧੀਨ ਜਿਸ ਦੀ ਨੀਤੀ ਤਹਿਤ ਤੁਸੀਂ ਚੱਲ ਰਹੇ ਹੋ, ਉਹ ਨਾ ਤਾਂ ਘੱਟ ਗਿਣਤੀਆਂ ਨੂੰ ਪ੍ਰਵਾਨ ਕਰਦੀ ਹੈ ਜੀ, ਨਾ ਰੀਜਨਲ ਪਾਰਟੀ ਨੂੰ ਪ੍ਰਵਾਨ ਕਰਦੀ ਹੈ। ਅਤੇ ਫਿਰ ਅਕਾਲੀ ਦਲ ਇਹ ਕਿਸ ਤਰ੍ਹਾਂ ਭੁੱਲ ਜਾਵੇ ਕਿ ਜੇ ਭਾਜਪਾ ਮਜ਼ਬੂਤ ਹੋਣੀ ਹੈ ਤਾਂ ਫਿਰ ਅਕਾਲੀ ਦਲ ਦਾ ਭੋਗ ਜਿਹੜਾ ਆ ਉਹ ਵੀ ਉਹ ਪੈਣਾ ਲਾਜ਼ਮੀ ਹੈ, ਪੈਣਾ ਲਾਜ਼ਮੀ ਹੈ। ਲੇਕਿਨ ਸਰਦਾਰ ਸਾਹਿਬ ਕੁਝ ਚੀਜ਼ਾਂ, ਕਿਉਂਕਿ ਪ੍ਰੋਗਰਾਮ ਨੂੰ ਅਸੀਂ ਵਿਰਾਮ ਵੀ ਦੇਣਾ ਜੀ, ਅਸਲ ਮੁੱਦਾ ਕੀ ਹੈ ਜੀ ਕਿ ਜਦੋਂ ਅਕਾਲੀ ਦਲ ਕਮਜ਼ੋਰ ਪਿਆ ਜੀ ਬੇਅਦਬੀ ਮਾਮਲਿਆਂ ਕਰਕੇ ਜੀ, ਜਦੋਂ ਸੁਖਬੀਰ ਸਿੰਘ ਬਾਦਲ ਦੀ ਅਪਰੋਚ ਸਿੱਖ ਮਾਨਸਿਕਤਾ ਨਾਲੋਂ ਹਟ ਕੇ ਕਾਰਪੋਰੇਟ ਕਲਚਰ ਵੱਲ ਚਲੇ ਗਏ, ਬਿਲਕੁਲ। ਜਦੋਂ ਅਕਾਲੀ ਦਲ ਨਾ ਰਹਿ ਕੇ ਇੱਕ ਕੰਪਨੀ ਬਣ ਗਿਆ, ਬਿਲਕੁਲ, ਔਰ ਪਰਿਵਾਰ ਤੱਕ ਸੀਮਤ ਹੋ ਜਾਂਦਾ ਜੀ, ਉਦੋਂ ਲੋਕ ਪਿੱਛੇ ਹਟ ਜਾਂਦੇ ਆ, ਫਿਰ ਇਕੱਲੇ ਪੈਂਦੇ ਆ, ਫਿਰ ਡਰਦੇ ਆ ਅੰਦਰ ਦੇ ਭੈ ਜਿਹੜੇ ਆ ਉਹ ਕਿੱਥੋਂ? ਫਿਰ ਭਾਜਪਾ, ਫਿਰ ਉਸ ਵੇਲੇ ਭਾਜਪਾ ਕੋਲ ਮੌਕਾ ਸੀ ਕਿ ਇਹ ਲੋਕਾਂ ਦੇ ਨਾਲ ਖੜਦੀ ਜੀ, ਭਾਜਪਾ ਨੇ ਉਹ ਇੱਕ ਮੌਕਾ ਗਵਾ ਲਿਆ। ਆ ਹੁਣ ਹੜ ਆਏ ਨੇ, ਨਹੀਂ 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 ਮਾਫ ਕਰਨਾ ਸਰਦਾਰ, ਹੁਣ ਹੜ ਆਏ ਨੇ, ਹਾਂ
ਭਾਜਪਾ ਦੀ ਕੀ ਭੂਮਿਕਾ ਸੀ ਸਰਦਾਰ ਜੀ? ਮੈਂ ਇਹਨਾਂ ਪੰਜਾਬੀਆਂ ਤੋਂ ਵੋਟ ਲੈਣੀ ਆ। ਮੈਂ ਤਾਂ ਇਹ ਵੀ ਪੁੱਛਦਾ ਨਾ ਜੀ ਵੀ ਖੜਦਾ ਕੌਣ, ਕੋਈ ਚਿਹਰਾ ਹੈਗਾ? ਸ਼ਵੇਤ ਮਲਕ ਜੀ, ਮਾਫੀ ਚਾਹੁੰਦੇ ਆ, ਸ਼ਵੇਤ ਮਲਕ ਜੀ ਜੀ ਵਧੀਆ ਇੰਜੀਨੀਅਰ ਹੋ ਸਕਦੇ, ਕਿਉਂਕਿ ਲਿਖਦੇ ਆ ਈ ਆਰ। ਇੱਕ ਵਾਰ ਕੌਂਸਲਰ ਬਣੇ ਨੇ, ਮੈਂ ਉਹੀ ਕਿਹਾ, ਦੂਸਰੀ ਵਾਰੀ ਕੌਂਸਲਰ ਹਰੇ ਨੇ ਕਿ ਮਾਸਸ ਨਾਲ, ਲੋਕਾਂ ਨਾਲ, ਜੜ ਨਾਲ ਜੀ ਜੁੜਿਆ ਕੌਣ ਆ? ਬਿਲਕੁਲ। ਸੋ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹ ਵੱਡੀ ਲੜਾਈ ਲੜਨੀ ਆ ਜੀ, ਉਹਨਾਂ ਦੀਆਂ ਜੜਾਂ ਪਰਖ ਲਓ ਪਹਿਲਾਂ। ਜਿਹੜੇ ਆਉਣ ਵਾਲੇ ਸਮੇਂ 'ਚ ਪ੍ਰਧਾਨ ਵਜੋਂ ਆਪਣੀ ਦਾਅਵੇਦਾਰੀਆਂ ਪੇਸ਼ ਕਰ ਰਹੇ ਨੇ ਜੀ, ਉਹਨਾਂ 'ਤੇ ਇੱਕ ਝਾਤ ਪਾਓ। ਕਮਲ ਸ਼ਰਮਾ ਜੀ ਜੀ ਕੀ ਫਿਰੋਜ਼ਪੁਰ 'ਚੋਂ ਕਦੀ ਬਾਹਰ ਨਿਕਲੇ? ਨਹੀਂ, ਉਹ ਮਲਾਈ ਖਾ ਗਏ ਪਿਛਲੀ ਵਾਰ ਸਾਰੀ ਅਕਾਲੀ ਦਲ ਪਾਰਟੀ। ਅਸ਼ਵਨੀ ਜਿਹੜੇ ਖੰਨਾ ਨੇ, ਅਸ਼ਵਨੀ ਅਵਨਾਸ਼ ਖੰਨਾ, ਅਵਨਾਸ਼ ਰਾਏ ਖੰਨਾ ਨੇ ਹੁਸ਼ਿਆਰਪੁਰ ਤੋਂ, ਅਸ਼ਵਨੀ ਸ਼ਰਮਾ ਨੇ ਜੀ, ਔਰ ਇਹਨਾਂ ਤੋਂ ਇਲਾਵਾ ਮਨੋਰੰਜਨ ਕਾਲੀਆ, ਅਨਿਲ ਜੋਸ਼ੀ, ਜੋਸ਼ੀ ਸਾਹਿਬ ਵੀ ਆਉਂਦੇ ਤੁਰੇ ਫਿਰਦੇ ਆ ਵੀ ਮੈਨੂੰ ਵੀ ਬਣਾਓ। ਹਾਂ, ਅਨਿਲ ਜੋਸ਼ੀ ਜਿਹੜੇ ਨੇ ਉਹਨਾਂ ਨੂੰ ਸਥਾਪਿਤ ਹੁੰਦੇ ਆ, ਸ਼ਾਇਦ ਸਾਡੀ ਜੋ ਆਪਣੀ ਹੈਗੀ ਆ ਜੋ ਜਿੰਨਾ ਅਸੀਂ ਉਹਨਾਂ ਨੂੰ ਨੇੜਿਓਂ ਦੇਖਿਆ, ਸ਼ਾਇਦ ਉਹਨਾਂ ਦਾ ਜਨਮ ਹੀ ਸਿਆਸਤ ਦੇ ਵਿੱਚ 2004 ਦਾ। ਨਹੀਂ, ਅਜੇ ਤਰਨ ਤਾਰਨ ਤੋਂ ਆਉਂਦੇ ਨੇ, ਅਜੇ ਉਹਨਾਂ ਨੇ ਜਵਾਨ ਹੋਣਾ ਸਿਆਸਤ ਵਿੱਚ, ਤਰਨ ਤਾਰਨ ਤੋਂ ਆਉਂਦੇ ਨੇ। ਔਰ ਇਹਨਾਂ ਨੂੰ ਲੀਡਰ ਬਣਾਉਣ ਵਾਲਾ ਜਿਹੜਾ ਸ਼ਖਸ ਹੈ ਉਸਦਾ ਨਾਂ ਹੈ ਨਵਜੋਤ ਸਿੰਘ ਸਿੱਧੂ। ਹਾਂ, ਔਰ ਇਹ ਉਸੇ ਹੀ ਮਤਲਬ ਕਿ ਜਿਹੜੇ ਕੱਲ੍ਹ ਨਾ ਕਿ ਉਹ ਸ਼ੇਰ ਜਿਹੜਾ ਸੀ ਉਹ ਬਿੱਲੀ ਨੂੰ ਪੈ ਗਿਆ, ਜਿਹੜੀ ਗੁਰਦਾਸ ਦੀ, ਬਿਲਕੁਲ ਅਨਿਲ ਜਿਹੜੇ ਜੋਸ਼ੀ ਜੀ ਨੇ ਇਹ ਉਹਨਾਂ ਚੋਂ ਨੇ। ਇਹਨਾਂ ਨੇ ਸੱਤਾ ਨਾਲ ਰਹਿ ਕੇ ਸਿੱਧੂ ਦਾ ਨੁਕਸਾਨ ਕੀਤਾ, ਕਰਨ ਦਾ ਯਤਨ ਕੀਤਾ, ਔਰ ਸਿੱਧੂ ਦੇ ਖਿਲਾਫ ਖੜੇ ਹੋਣ ਵਾਲੇ ਵੀ ਇਹੋ ਹੀ ਨੇ। ਲੇਕਿਨ ਜਿਹੜੇ ਬੰਦੇ ਨੂੰ ਫਰਕ ਨਾ ਪੈਂਦਾ ਹੋਵੇ, ਜਿਹੜਾ ਲੱਤ ਮਾਰਦਾ ਹੋਵੇ ਅਹੁਦਿਆਂ ਨੂੰ, ਬਿਲਕੁਲ, ਜਿਹੜਾ ਤਿਆਗ ਕਰਨ ਲਈ ਮਿੰਟ ਨਾ ਲਾਵੇ, ਬਿਲਕੁਲ, ਤੇ ਉਹਨੂੰ ਕਾਹਦਾ ਖਤਰਾ? ਬਿਲਕੁਲ, ਉਹ ਕਹਿੰਦੇ ਨਾ ਵੀ ਅੱਜ ਨਵਜੋਤ ਸਿੱਧੂ ਘਰ ਬੈਠਾ ਵੀ ਆਪਣੇ ਦੁਸ਼ਮਣਾਂ ਲਈ, ਜਿਹੜੇ ਉਹਨੂੰ ਤਾਕਤ ਉਹਨੂੰ ਕਮਜ਼ੋਰ ਸਮਝਦੇ ਉਹਨਾਂ ਲਈ ਵੀ ਖਤਰਾ, ਅਜੇ ਵੀ ਡਰ ਆਓ। ਲੇਕਿਨ ਅਨਿਲ ਜੋਸ਼ੀ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਚੰਦ ਕੁ ਜਿਹੜੀ ਸਿਆਸੀ ਉਹਨਾਂ ਦੀ ਆਪਣੀ ਜਿਹੜੀ ਪਾਰਟੀ ਦਫ਼ਤਰ ਦੀਆਂ ਕਾਰਵਾਈਆਂ ਤੱਕ ਸੀਮਤ ਨੇ। ਲੇਕਿਨ ਕਈ ਵਾਰੀ ਮਹਿਸੂਸ ਹੁੰਦਾ ਹੈ ਕਿ ਜਦੋਂ ਲੋਕ ਵੱਡਾ ਸੁਪਨਾ ਵੇਖਦੇ ਆ, ਠੀਕ ਹੈ, ਜਾਗਦੀ ਅੱਖਾਂ ਨਾਲ ਸੁਪਨੇ ਵੇਖਣੇ ਚਾਹੀਦੇ, ਸੁਪਨਾ ਦੇਖਣਾ ਤੁਹਾਡਾ ਹੱਕ ਹੈ, ਹੱਕ ਹੈ। ਲੇਕਿਨ ਇਹ ਜ਼ਰੂਰ ਦੇਖੋ ਕਿ ਹੁਣ ਜਿਹੜੇ ਲੋਕ ਨੇ ਉਹ ਜਿਹੜੇ ਸਾਡੀ ਉਮਰ ਦੇ ਨੇ, ਮੈਂ ਆਪਣੀ ਗੱਲ ਕਰਨ ਲੱਗਾ, ਅਸੀਂ ਸਮਾਂ ਵੀ ਆ ਚੁੱਕੇ ਲੋਕ ਹਾਂ ਜੀ, ਜਿਹੜੀ ਅੱਗੇ ਜਨਤਾ ਆ ਰਹੀ ਆ, ਜਿਹੜੀ ਅਗਾਂਹ ਵਧੂ ਪੀੜ੍ਹੀ ਹੈ, ਉਹ ਹੁਣ ਤੁਹਾਡੇ ਕੋਲੋਂ ਸਵਾਲ ਪੁੱਛਣ ਤੋਂ ਪਹਿਲਾਂ ਜੀ ਆਪਣੇ ਮੋਬਾਈਲ 'ਚ ਐਪ ਖੋਲ੍ਹਦੀ ਹੈ ਜੀ, ਸਭ ਤੋਂ ਪਹਿਲਾਂ ਤੁਹਾਡਾ ਕੱਚਾ ਚਿੱਠਾ ਜਿਹੜਾ ਨਾ ਜੀ ਉਹਨੂੰ ਬਾਹਰ ਕੱਢ ਕੇ ਲਿਆਉਂਦੀ ਆ ਜੀ, ਵੀ ਹਾਂ ਇੱਥੋਂ ਤੁਰੇ ਸੀ ਜੀ, ਆਹ ਕੀਤਾ ਸੀ, ਉਹ ਬਕਾਇਦਾ ਤੁਹਾਨੂੰ ਤੁਹਾਡੀ ਕਰਨੋਲੋਜੀ, ਤੁਹਾਡੀ ਹਿਸਟਰੀ ਜਿਹੜੀ ਹੈ ਨਾ ਪਹਿਲਾਂ ਦੱਸਦੀ ਹੈ। ਮਾਫ਼ ਕਰਨਾ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਭਾਵੇਂ 100 ਵਾਰ ਕਹਿਣ ਵੀ ਇਹ ਮੇਰਾ ਪੁੱਤ ਅਤੇ ਮੈਂ ਇਹਦਾ ਪਿਓ, ਲੇਕਿਨ ਸੁਖਬੀਰ ਬਾਦਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਸਿੱਧੀ ਸੁਣਾ ਦਿੰਦੇ ਨੇ, ਲੇਕਿਨ ਜੇ ਤੁਸੀਂ ਨਹੀਂ ਤੇ ਫਿਰ ਉੱਪਰ ਹੈਗੇ ਨੇ। ਅੱਛਾ, ਮੈਂ ਤੁਹਾਨੂੰ ਜਿਹੜੀ ਜਾਂਦੇ ਜਾਂਦੇ ਆਪਾਂ ਗੱਲ ਕਰਨੀ ਆ ਜੀ, ਉਹ ਇਹ ਆ ਵੀ ਬੀਜੇਪੀ ਦਾ ਕੁਝ ਬਣੇ ਨਾ ਬਣੇ, ਬਣੇ ਨਾ ਬਣੇ, ਇਹ ਸੁਖਬੀਰ ਸਿੰਘ ਬਾਦਲ ਦਾ ਹਾਂ ਖਰਾਬ ਕਰ ਸਕਦਾ, ਉਹਦੇ ਵਿਚਾਰੇ ਲਈ ਜੇ ਉਹਨੂੰ ਡਾਲੇ ਤੇ ਆਉਣਾ ਪੈ ਗਿਆ, ਹਾਂ ਬਿਲਕੁਲ, ਤੇ ਫਿਰ ਕੋਈ ਚੰਗਾ ਸੰਕੇਤ ਨਹੀਂ। ਕਿਉਂਕਿ ਮੈਨੂੰ ਇੰਝ ਲੱਗਦਾ ਹੈ ਵੀ ਇਹਨਾਂ ਦਾ ਆਪਣਾ ਤੇ ਬਹੁਤਾ ਕੁਝ ਬੀਜੇਪੀ ਦਾ ਜੇ ਹੋਣਾ ਨਹੀਂ, ਬਿਲਕੁਲ, ਤੇ ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਸਟੀਅਰਿੰਗ ਫੜਾ ਦੇਣਾ। ਔਰ ਦੇਖੋ ਗੱਲ ਇਹ ਹੈ ਵੀ ਜੇ ਤੁਸੀਂ ਪਿਛਾਂ ਜਾਓ ਜੀ ਤੇ ਪਿਛਲੇ ਇੱਕ ਲੰਬੇ ਸਮੇਂ ਤੋਂ ਜੀ ਕਦੇ ਜਦੋਂ ਸਰਕਾਰੀ ਜਿਹੜੇ ਪੋਸਟਰ ਲੱਗਦੇ ਨੇ ਜੀ, ਅਸੀਂ ਉਹਨਾਂ ਪੋਸਟਰਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਜਿਹੜੀ ਹੈ ਗਾਇਬ ਦੇਖੀ ਹੈ ਜੀ ਜੀ ਜੀ। ਜਿੰਨੀਆਂ ਮੁੱਖ ਸਟੇਜਾਂ ਨੇ ਚਾਹੇ ਜੋ ਮਰਜ਼ੀ ਹੈ, ਸੁਖਬੀਰ ਬਾਦਲ ਦੀ ਤਸਵੀਰ ਤੇ ਹਰ ਜਗ੍ਹਾ ਨਜ਼ਰ ਆਉਂਦੀ ਹੈ, ਵਿਕਰਮ ਮਜੀਠੀਆ ਦੀ ਤਸਵੀਰ ਨਜ਼ਰ ਆਉਂਦੀ ਹੈ, ਜਿਹੜੇ ਜੋਨਲ ਯੂਥ ਜੋਨਲ ਨੇ ਉਹਨਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਅਕਾਲੀ ਦਲ ਨੇ ਆਪ ਹੀ ਵਿਸਾਰਿਆ ਹੋਇਆ। ਨਹੀਂ 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 ਨਹੀਂ, ਅੱਛਾ, ਬੜੇ ਘਾਗ ਸਿਆਸਤਦਾਨ, ਅੱਛਾ, ਉਹ ਆਪ ਹੀ ਕਹਿੰਦੇ ਜੀ ਮੈਨੂੰ ਪਿੱਛੇ ਰਹਿਣ ਦਿਓ, ਅੱਛਾ, ਮੌਕਾ ਆਉਣ ਤੇ ਮੈਂ ਆਪੇ ਸਾਹਮਣੇ, ਜਦੋਂ ਤੁਹਾਡੀ ਉਂਗਲ ਫਸ ਜਾਏਗੀ ਫਿਰ ਮੈਂ ਕੱਟ ਲਾਂਗਾ ਆ ਕੇ। ਔਰ ਬਾਬਾ ਜੀ ਬਾਹਰ ਆਏ ਆ 2-4 ਦਿਨ ਪਹਿਲਾਂ ਜੀ, ਹਾਂ, ਉਹਨਾਂ ਨੇ ਜਲਵਾ ਵਿਖਾਇਆ, ਜੇ ਸੁਲਤਾਨਪੁਰ ਲੋਧੀ ਨੂੰ ਰੰਗ ਫੇਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ ਜੀ, ਤੇ ਉਹਨੂੰ ਇਸ ਵੱਲੋਂ ਸੰਕੇਤ ਲੈਣਾ ਚਾਹੀਦਾ ਕਿ ਉਹ ਜਿਹੜੀ ਅਕਾਲੀ ਦਲ ਦੇ ਮੂੰਹ ਤੇ ਕਾਲਕ ਥੱਪੀ ਗਈ ਸੀ ਜੀ, ਉਹਨੂੰ ਥੋੜਾ ਜਿਹਾ ਵਾਈਟ ਵਾਸ਼ ਕਰਨਾ ਚਾਹੁੰਦੇ ਨੇ। ਔਰ ਮੈਂ ਫਿਰ ਕਹੂੰਗਾ ਵੀ ਖੇਡਣਾ ਨਾ ਖੇਡਣ ਦੇਣਾ, ਬਿਲਕੁਲ, ਤੇ ਬੀਜੇਪੀ ਦਾ ਜਿਹੜਾ ਏਅਰ ਆ ਗਿਆ ਜੀ, ਇਹ ਸੁਖਬੀਰ ਤੇ ਭਾਰੂ ਹੋ ਸਕਦਾ,
ਤੇ ਬੀਜੇਪੀ ਕੋ ਬੜੇ ਜੋਤਸ਼ੀ ਆ। ਇਹ ਜ਼ਰੂਰ ਦੇਖਣਾ ਪਏਗਾ ਜੀ ਕਿ ਅਗਰ ਇੱਕ ਮੰਚ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਨੇ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠੇ ਨੇ, ਤੇ ਫਿਰ ਸ਼ਵੇਤ ਮਲਿਕ ਸਾਹਿਬ ਜਿਹੜੇ ਨੇ ਉਹ ਕਿਹਦੇ ਖਿਲਾਫ਼ ਬੋਲਣ ਦੀ ਜ਼ੁਰਤ ਦਿਖਾਉਣਗੇ? ਨਹੀਂ ਨਹੀਂ, ਉਹ ਤੇ ਐਵੇਂ ਪੁਰਾਣੀਆਂ ਗੱਲਾਂ, ਕਿੱਥੇ ਬੋਲਣਾ ਜਦੋਂ ਜੱਫੀ ਪੈ ਜਾਂਦੀ ਸਭ ਗੱਲ ਖਤਮ। ਨਹੀਂ, ਗੱਲ ਜੱਫੀ ਦੀ ਵੀ ਨਹੀਂ ਹੈ ਕਿ ਕੀ ਕਿਸੇ ਉਸ ਸਟੇਜ 'ਤੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠੇ ਨੇ ਸ਼ਵੇਤ ਮਲਿਕ ਵੱਖਰਾ ਘਰ ਵਸਾਉਣ ਦੀ ਗੱਲ ਕਹਿ ਸਕਣਗੇ? ਨਾ ਨਾ ਨਾ, ਅਜੇ ਔਖਾ ਹੈ, ਅਜੇ ਔਖਾ। ਲੇਕਿਨ ਮੈਂ ਫਿਰ ਕਹਾਂ ਜੀ ਵੀ ਵਿਚਾਰੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਨਾ ਜੀ ਇਹ ਨੁਕਸਾਨ ਕਰ ਦੇਣਗੇ ਜੀ, ਉਹਦੀ ਡਰਾਈਵਿੰਗ ਸੀਟ ਕਿਤੇ ਨਾ ਖੋਲ੍ਹ। ਨਹੀਂ, ਇਹ ਤਾਂ ਕਹਿ ਚੁੱਕੇ ਨੇ, ਬੜੀ ਵਾਰੀ ਕਹਿ ਚੁੱਕੇ ਨੇ ਜੀ, ਪ੍ਰਕਾਸ਼ ਸਿੰਘ ਬਾਦਲ ਦਾ ਸਨਮਾਨ ਕਰਦੇ ਹਾਂ, ਲੇਕਿਨ ਸੁਖਬੀਰ ਦੀ ਜਿਹੜੀ ਸੁਭਾਅ ਆ, ਜਿਹੜਾ ਉਹਦਾ ਕੰਮ ਕਰਨ ਦਾ ਢੰਗ ਤਰੀਕਾ ਆ, ਉਹ ਕਾਰੋਬਾਰੀ। ਮਤਲਬ ਜਦੋਂ ਪੇਜ ਫਸਨੇ ਆ ਤੇ ਫਿਰ ਵੱਡੇ ਬਾਦਲ ਸਾਹਿਬ ਨੇ ਜਾਣਾ ਹੈ ਜੀ, ਅਗਲਿਆਂ ਨੇ ਕਹਿਣਾ ਦੇਖੋ ਜੀ ਵੀ ਗੱਲ ਇਹ ਆ ਜੀ ਵੀ ਕਾਕਾ ਜੀ ਜਿਹੜੇ ਆ ਨਾ, ਉਹਨਾਂ ਨੂੰ ਥੋੜ੍ਹੀ ਦੇਰ ਬੱਚਿਆਂ ਦੀ ਗਲਤੀ ਆ, ਉਹਨਾਂ ਨੂੰ ਪਿੱਛੇ ਕਰ ਲਓ ਤੇ ਤੁਸੀਂ ਆਪ ਆਓ, ਤੁਹਾਨੂੰ ਤੇ ਸਾਡੇ ਵੀ ਸਾਰੇ ਮੰਨਦੇ ਤੇ ਅਸੀਂ ਵੀ ਮੰਨਦੇ ਹਾਂ, ਤੇ ਬਾਦਲ ਸਾਹਿਬ ਨੇ ਕਹਿਣਾ ਕਾਕਾ ਜੀ ਕੋਈ ਨੀ ਘਰ 'ਚ ਹੀ ਆ, ਹਾਂ ਘਰ 'ਚ ਹੀ ਆ ਸਾਰਾ ਕੁਝ, ਮੈਂ ਹੋਇਆ ਜਾਂ ਮਤਲਬ ਤੁਸੀਂ, ਘਰ 'ਚ ਹੀ ਆ ਸਾਰਾ ਕੁਝ। ਸੋ ਫਿਰ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਫਿਰ ਡਿਪਟੀ CM, ਅੱਛਾ ਮਾਫ਼ੀ ਚਾਹੁੰਦਾ, ਮੈਂ ਨਹੀਂ ਕਹਿੰਦਾ ਅਕਾਲੀ ਦਲ ਨੂੰ ਸੱਤਾ ਮਿਲਣ ਵਾਲੀ ਆ, ਕਿਉਂਕਿ ਲੋਕ ਬਹੁਤ ਡਾਢੇ ਆ। ਅੱਛਾ, ਲੇਕਿਨ ਜਿੱਦਾਂ ਕੈਪਟਨ ਸਾਹਿਬ ਗਲਤੀਆਂ ਕਰ ਰਹੇ ਔਰ ਕੋਈ ਤੀਜੀ ਧਿਰ ਸਾਹਮਣੇ ਨਹੀਂ ਆ ਰਹੀ ਜੀ, ਜਿਸ ਤਰੀਕੇ ਨਾਲ ਬੈਂਸ ਦੇ ਖਿਲਾਫ ਪਰਚਾ ਹੁੰਦਾ ਹੈ ਔਰ ਜਿੰਨੇ ਵੀ ਦੂਜੇ ਲੀਡਰ ਆ ਉਹਦੇ ਖਿਲਾਫ ਡਟ ਕੇ ਬਟਾਲੇ 'ਚ ਨਹੀਂ ਪੈਂਦੇ, ਬਿਲਕੁਲ, ਔਰ ਜਿਸ ਤਰੀਕੇ ਨਾਲ ਅੰਦੋਲਨ ਦੀ ਅਣਹੋਂਦ ਹੈ, ਇਹ ਇੱਕ ਸੱਦਾ ਦੇ ਰਹੇ ਨੇ ਕਿ ਜੋ ਕੁਝ ਅੱਜ ਬੈਂਸ ਨਾਲ ਵਾਪਰ ਰਿਹਾ ਕੱਲ ਨੂੰ ਬਾਕੀ ਸਾਰੇ ਵੀ ਤਿਆਰ ਰਹਿਣ। ਲੇਕਿਨ ਤੁਸੀਂ ਆਪਣੀ ਆਪਣੀ ਵਾਰੀ ਦੀ ਇਕੱਲੇ ਇਕੱਲੇ ਇੰਤਜ਼ਾਰ ਕਰੋ ਜਿਸ ਤਰ੍ਹਾਂ ਦੇ ਤੁਹਾਡੇ ਹਾਲਾਤ ਆ, ਬਿਲਕੁਲ। ਸੋ ਸੁਖਬੀਰ ਬਾਦਲ ਨੂੰ ਸ਼ੁਭੇਸ਼ਾਵਾਂ, ਬੀਜੇਪੀ ਨੂੰ ਮਨਾ ਲਓ, ਇਹ ਨਾ ਹੋਵੇ ਵੀ ਗੱਡੀ ਦਾ ਘਰ ਦੇ ਵਿੱਚ ਹੀ, ਭਾਜਪਾ ਨੂੰ ਵੀ ਸ਼ੁਭੇਸ਼ਾਵਾਂ, ਗੱਡੀ ਵੀ ਆਪਣੀ, ਤੁਸੀਂ ਵੀ ਸਵਾਰ ਲੈ ਕੇ ਦੇਖੋ ਸੱਤਾ ਜੀ, ਜ਼ਿੰਮੇਵਾਰੀ ਤੇ ਸੰਭਾਲੋ, ਹਾਂ ਜ਼ਿੰਮੇਵਾਰੀ ਦਾ ਅਹਿਸਾਸ ਤੇ ਕਰੋ, ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋ ਕੇ ਦਿਖਾਓ, ਪਰ ਪੰਜਾਬੀਆਂ ਨਾਲ ਖੁਦਾ ਦਾ ਵਾਸਤਾ ਖੇਡ ਨਾ ਖੇਡਿਓ, ਬਿਲਕੁਲ, ਔਖੇ ਪੜਦੇ ਪੰਜਾਬੀ, ਬਿਲਕੁਲ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।